ਲਾਜ ਆਉਂਦੀ ਹੈ। ਮੈਂ ਆਪਣਾ ਫਰਜ਼ ਪੂਰਾ ਕਰ ਦਿੱਤਾ ਹੈ, ਤੇਰੇ ਪੋਲੇ ਨੂੰ ਪਾਲ ਪੋਸ ਕੇ ਵੱਡਾ ਕਰ ਦਿੱਤਾ ਹੈ, ਤੇ ਪੋਲੇ ਨੂੰ ਮਾਂ ਦੀ ਕਮੀ ਮਹਿਸੂਸ ਨਾ ਹੋਵੇ ਇਸ ਲਈ ਮੈਨੂੰ ਦੂਜਾ ਵਿਆਹ ਵੀ ਕਰਨਾ ਪਿਆ, ਪਰ ਮੈਂ ਤੈਨੂੰ ਕਦੇ ਨਹੀਂ ਭੁੱਲਿਆ। ਅੱਜ ਪੋਲੇ ਨੂੰ ਕੁੜੀ ਵਾਲੇ ਵੇਖਣ ਆਇਆ ਜੀ, ਜੇ ਇਸ ਮੌਕੇ ਤੇ ਤੂੰ ਤੇ ਮੇਰਾ ਦੂਜਾ ਪੁੱਤਰ ਵੀ ਹੁੰਦੇ ਤੇ ਕਿੰਨੀ ਖੁਸ਼ੀ ਹੁੰਦੀ, ਮੈਨੂੰ ਕਿੰਨੀ ਖੁਸ਼ੀ ਹੁੰਦੀ। ਹਾਂ ਚੌਧਰੀ ਜੀ, ਕੁਝ ਦਿਨਾਂ ਤੋਂ ਬਿਮਾਰ, ਹੁਣ ਤਾਂ ਮੇਰੇ ਵਿੱਚ ਤੁਰਨ ਦੀ ਹਿੰਮਤ ਵੀ ਨਹੀਂ ਰਹੀ। ਮੈਂ ਚਾਹੁੰਦਾ ਵਾਂ ਮੇਰੇ ਜਿਉਂਦੇ ਜੀ ਪੋਲੇ ਦਾ ਵਿਆਹ ਹੋ ਜਾਏ, ਜੇ ਕੁੜੀ ਮੁੰਡਾ ਇੱਕ ਦੂਜੇ ਨੂੰ ਪਸੰਦ ਕਰ ਲੈਣ ਤੇ ਅੱਜ ਹੀ ਰਿਸ਼ਤਾ ਪੱਕਾ ਕਰ ਦਿੰਦੇ। ਮਾਫ ਕਰਨਾ ਜੀ, ਮੈਨੂੰ ਜ਼ਰਾ ਦੇਰ ਹੋ ਗਈ, ਮੈਂ ਦੁੱਧ ਪੀ ਰਹੀ ਸਾਂ। ਚੰਦਰਮੁਖੀ ਗੱਲਾਂ ਛੱਡ, ਕੁੜੀ ਨੂੰ ਵੇਖ ਕੇ ਪਸੰਦ ਕਰ ਲੈ। ਕੁੜੀ ਮੈਂ ਵੇਖਣੀ ਹੈ, ਜਿਹਨੇ ਵਿਆਹ ਕਰਨਾ ਹੈ ਉਹਨੂੰ ਵਿਖਾਓ। 36 ਕੁੜੀਆਂ ਵੇਖ ਚੁੱਕਿਆ, ਇੱਕ ਵੀ ਪਸੰਦ ਨਹੀਂ ਕੀਤੀ, ਨਾਲੇ ਉਹ ਇੱਥੇ ਆਉਣ ਨੂੰ ਤਿਆਰ ਵੀ ਨਹੀਂ। ਆਪ ਜਾਓ ਤੇ ਆਪਣੇ ਲਾਡਲੇ ਨੂੰ ਪਕੜ ਕੇ ਇੱਥੇ ਲਿਆਓ। ਹਲਾ ਮੈਂ ਆਪ ਜਾਣਾ ਵਾ, ਆਪਣੇ ਲਾਡਲੇ ਨੂੰ ਮਨਾ ਕੇ ਲਿਆਉਣਾ। ਕਈ ਕੁੜੀਆਂ ਤਾਂ ਜੀ ਉਹਨੂੰ ਵੇਖ ਕੇ ਨੱਚੀ ਗਈਆਂ, ਪਰ ਇਹ ਕੁੜੀ ਜਰਾ ਸਿਆਣੀ ਜਾਗਦੀ ਹੈ, ਇਹ ਉਹਨੂੰ ਜ਼ਰੂਰ ਸੰਭਾਲ ਲੈ। ਤੂੰ ਕਿਉਂ ਉਸ ਪਾਗਲ ਦੀਆਂ ਗੱਲਾਂ ਕਰ ਰਿਹਾ? ਬੜਾ ਸ਼ਰਮਾਂਦਾ। ਆਪ ਜਰਾ ਸਾਡੇ ਕੋਲ ਆ ਕੇ ਬੈਠ। ਤੁਸੀਂ ਮੇਰੇ ਬਾਪੂ ਨੂੰ ਬਹੁਤ ਹੀ ਪਸੰਦ ਹੋ, ਪਰ ਤੁਹਾਡੇ ਬਾਲ ਤਾਂ ਚਿੱਟੇ ਹੈ। ਓਏ ਬੇਵਕੂਫਾ, ਕੁੜੀ ਉਧਰ ਹੈ। ਬਾਪੂ ਤੂੰ ਪਹਿਲਾਂ ਕਿਉਂ ਦੱਸਿਆ, ਮੈਂ ਤਾਂ ਨਹੀਂ ਸਮਝ ਬੈਠਾ। ਬਾਪੂ ਕੁੜੀ ਡਰ ਲੱਗਦਾ, ਮੈਨੂੰ ਕੁੜੀ ਪਸੰਦ ਨਹੀਂ, ਮੈਂ ਨਹੀਂ ਇਹਦਾ ਵਿਆਹ ਕਰਾਉਣਾ। ਸ਼ਾਹੀ ਤੁਸੀਂ ਸਾਨੂੰ ਫਸਾਉਣਾ ਚਾਹੁੰਦੇ ਹੋ? ਪਹਿਲੇ ਇਹਨੂੰ ਕਿਸੇ ਹਸਪਤਾਲ ਵਿੱਚ ਦਾਖਲ ਕਰਾ ਕੇ ਤੇ ਜਾਂ ਇਲਾਜ ਕਰਾਓ, ਫਿਰ ਵੀ ਆਪ ਦੀ ਗੱਲ ਕਰਨਾ। ਦੇਖੋ ਜੀ, ਸਾਨੂੰ ਕੀਆ ਵਾਲੇ ਦੀ ਬੇਇੱਜ਼ਤੀ ਕਰਨ ਦਾ ਕੋਈ ਹੱਕ ਨਹੀਂ। ਚਲੋ ਚੌਧਰੀ ਸਾਹਿਬ, ਚੌਧਰੀ ਸਾਹਿਬ ਮੇਰੀ ਗੱਲ ਸੁਣੋ। ਚੌਧਰੀ ਸਾਹਿਬ ਓਏ ਭੋਲਿਆ, ਕੰਨ ਖੋਲ ਕੇ ਸੁਣ ਲੈ, ਜੇ ਤੂੰ ਵਿਆਹ ਨਾ ਕੀਤਾ ਤੇ ਮੈਂ ਤੈਨੂੰ ਆਪਣੀ ਜਾਇਦਾਦ ਚ ਕੋਠੀ ਨਹੀਂ ਦੇਣੀ। ਬਾਪੂ ਮੈਂ ਕੀ ਕਰਾਂ, ਬੇਬੇ ਮੈਨੂੰ ਸੁਣਿਆ ਦਿਖਾਉਂਦੀ ਹੈ ਤੇ ਨਾਲੇ ਪਾਪਾ ਮਾਮਾ ਮੈਨੂੰ ਅੱਖਾਂ ਦਿਖਾਉਂਦਾ, ਕਿਸੇ ਮੇਰੀ ਗੱਲ ਤੱਕ ਨਹੀਂ ਹੋਵੇ। ਤੈਨੂੰ ਵਿਆਹ ਵਾਸਤੇ ਮਨਾਵਾ ਪੁੱਤਰ, ਮਾਮਾ ਅੱਖਾਂ ਖਾਂਦਾ। ਵੇਖ ਰਹੀ ਹੈ ਭੋਲੇ ਦੀ ਮਾਂ, ਇਹ ਕੁੜੀ ਵਾਲੇ ਵੀ ਚਲੇ ਗਏ। ਮੈਂ ਤਾਂ ਭੋਲੇ ਦੀਆਂ ਹਰਤਾਂ ਤੋਂ ਤੰਗ ਆ ਚੁੱਕਾ। ਜੇ ਤੂੰ ਅੱਜ ਹੁੰਦੀ ਤੇ ਆਪਣੇ ਭੋਲੇ ਦਾ ਹੱਥ ਵਿਆਹ ਕਰਦੀ,
ਤੂੰ ਤੇ ਮੇਰਾ ਦੂਜਾ ਪੁੱਤਰ ਮੈਨੂੰ ਛੱਡ ਕੇ ਕਿੱਥੇ ਚਲੇ ਗਏ ਹੋ? ਬਟਵਾਰੇ ਦੀ ਉਹ ਕਾਲੀ ਦਾਲ ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ, ਜਿਹਨੇ ਸਾਡੇ ਵਿੱਚ ਪਿਛੋੜਾ ਪਾ ਦਿੱਤਾ। ਹੁਣ ਤਾਂ ਮੈਂ ਇਹ ਸੋਚਦਾ ਵਾਂ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਕੁੱਲ ਦਾ ਕੀ ਹੋਵੇ। ਪਤਾ ਨਹੀਂ ਤੂੰ ਕਿੱਥੇ ਹੈ ਤੇ ਮੇਰਾ ਦੂਜਾ ਪੁੱਤਰ ਕੀ ਕਰ ਰਿਹਾ ਹੋਵੇਗਾ। ਭਰਾਵੋ ਤੁਸੀਂ ਵੱਡੇ ਵੱਡੇ ਖੇਡ ਦੇਖੇ ਹੋਣਗੇ, ਪਰ ਇਹ ਚੁਰੂ ਦਾ ਖੇਡ ਕਦੇ ਨੀ ਦੇਖਿਆ ਹੋਣਾ। ਜੇ ਮੈਂ ਆਪਦੇ ਹੱਥ ਨਾਲ ਦਿਖਾਵਾਂਗਾ ਤਾਂ ਤੁਹਾਨੂੰ ਸਵਾਦ ਨੀ ਆਉਣਾ। ਇਸ ਵਾਸਤੇ ਕੋਈ ਬੰਦਾ ਆਵੇ ਤੇ ਆ ਕੇ ਚੁਰੂ ਫੜ ਲੇ। ਅਫਸੋਸ ਦੀ ਗੱਲ ਹੈ, ਇੰਨੇ ਜਵਾਨ ਬੰਦਿਆਂ ਕੋਈ ਐਸਾ ਜਵਾਨ ਨਹੀਂ ਜਿਹੜਾ ਕਿ ਝੁਰਨੂ ਫੜ ਲੇ। ਪੁਡਾਰੀ ਜਵਾਨ ਮਰ ਤੇ ਕੱਲਾ ਹੈ, ਮੈਂ ਸ਼ੇਰ ਦਾ ਪੁੱਤਰ ਕੀ ਆ, ਫੜਾ ਲੈ ਝੁਰਨੂ। ਪਰ ਹਟ, ਇਹ ਝੁਰਨੂ ਕੋਈ ਕਿਸਮਤ ਵਾਲਾ ਫੜੂਗਾ। ਹੁਣ ਮੈਂ ਮੰਤਰ ਪੜੂੰਗਾ ਤੇ ਮੰਤਰ ਪੜਨ ਦੇ ਬਾਅਦ ਜਿਹੜਾ ਬੰਦਾ ਝੁਰਨੂ ਫੜ ਲੂਗਾ ਉਹਦੀ ਕਿਸਮਤ ਖੁੱਲ ਜਾਏਗੀ। ਤਿਰ ਬਾਬਾ ਟੁਰ, ਤਿਰ ਬਾਬਾ ਟੁਰ, ਆ ਗਿਆ ਆ ਗਿਆ, ਜਿਹਦੀ ਕਿਸਮਤ ਖੁੱਲਣ ਵਾਲੀ ਆ ਗਿਆ। ਆ ਜਾ ਕੰਢੇ, ਆ ਜਾ ਆ ਜਾ ਕੰਢੇ, ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ। ਵਾਹ 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 ਕਾਕਾ, ਤੇਰਾ ਨਾਂ ਕੀ ਹੈ? ਨਾਂ ਲੋਕੀ ਮੈਨੂੰ ਗੰਜਾ ਕਹਿੰਦੇ ਆ ਤਾਂ ਮੈਨੂੰ ਬਹੁਤ ਗੁੱਸਾ ਆਉਂਦਾ ਆ। ਸੱਚੀ ਗੱਲ ਤਾਂ ਹਰੇਕ ਨੂੰ ਬੁਰੀ ਲੱਗਦੀ ਹੈ। ਤੇਰਾ ਗੰਜ ਦੂਰ ਕਰ ਸਕਦਾ ਹੈ? ਕਰ ਦਿਆਂਗੇ। ਜਮੂਰੇ ਫਿੱਟ ਉਸਤਾਦ, ਇਹਦਾ ਗੰਜ ਦੂਰ ਹੋ ਸਕਦਾ ਹੈ? ਹੋ ਸਕਦਾ ਉਸਤਾਦ। ਕਿਵੇਂ? ਉਹ ਕਿਸੇ ਸੋਹਣੀ ਕੁੜੀ ਕੋਲੋਂ ਜੁੱਤੀਆਂ ਖਾਣ ਨਾਲ ਤੇਰੇ ਫਿਰੇ ਮੂੰਹ, ਤੈਨੂੰ ਸਾਲਿਆ ਅੱਗੇ ਪਿੱਛੇ ਕੁੜੀਆਂ ਨਜ਼ਰ ਆਉਂਦੀਆਂ। ਲੈ ਵੇ ਕਾਕਾ, ਚਾਨਣਾ ਤੇਰਾ ਗੰਜ ਦੂਰ ਹੋ ਸਕਦਾ ਹੈ, ਪਰ ਤੈਨੂੰ ਮੇਰਾ ਇੱਕ ਕੰਮ ਕਰਨਾ ਪਊਗਾ। ਕਿਹੜਾ ਕੰਮ? ਤੈਨੂੰ ਸਭ ਫੜਨਾ ਪਊਗਾ। ਫੜ ਲਵਾਂਗੇ। ਸਫੜੇਗਾ? ਫੜੂੰਗਾ। ਤੇਰੇ ਦੇਖਿਆ? ਦੇਖਿਆ ਆ। ਸਫੜੇਗਾ? ਫੜੂੰਗਾ, ਪਰ ਮੈਂ ਪੁੱਛਦਾ ਤੂੰ ਫੜੀ ਮੂੰਹ ਤੋਂ। ਵਾਹ ਸਾਨਾ, ਡੰਗ ਮੈਨੂੰ ਮਾਰ ਜੇ, ਸਵਾਦ ਇਹ ਲੈ ਜੇ। ਠਹਿਰ ਜਾ, ਪਹਿਲਾਂ ਮੇਰਾ ਗੰਜ ਦੂਰ ਹੋ ਜਾਊਗਾ, ਸਭ ਤਾਂ ਮੈਂ ਫੜ ਲੂੰਗਾ। ਵਾਹ, ਮੈਂ ਬੋਲੂੰਗਾ ਸੱਚ, ਕਦੇ ਨਾ ਮਾਰਾਂਗਾ। ਭਰਾਵੋ, ਨਾ ਤਾਂ ਝੁਰਨੂ ਫੇਰਨਾ ਹੀ ਗੰਜ ਦੂਰ ਹੁੰਦਾ ਤੇ ਨਾ ਹੀ ਸੱਪ ਫੜਾਉਣਾ ਗੰਜ ਦੂਰ ਹੁੰਦਾ। ਇਹ ਗੰਜ ਦੂਰ ਹੁੰਦਾ ਦਵਾਈ ਲਾਉਣ ਨਾਲ। ਤੇ ਜਾ ਬਾਬਾ ਬੱਕਰ ਸ਼ਾਹ, ਉਹ ਬਾਬਾ ਬੱਕਰ ਸ਼ਾਹ ਤੇਰੀ ਦਵਾਈ ਨੇ ਕਮਾਲ ਕਰਦੀ। ਉਹ ਦਵਾਈ ਦੀਆਂ ਸਿਰਫ 20 ਪੂੜੀਆਂ ਰਹਿ ਗਈਆਂ। ਇਹ ਦਵਾਈ ਜਿਹੜਾ ਸਿਰ ਤੇ ਮਲੇਗਾ ਗੰਜਾ, ਉਹਦੇ ਬਾਲ ਆ ਜਾਣਗੇ, ਬਿਰਲੇ ਬਾਲ ਸਿੰਗਲੇ ਹੋ ਜਾਣਗੇ ਤੇ ਚਿੱਟੇ ਬਾਲ ਕਾਲੇ ਹੋ ਜਾਣਗੇ। ਇਹ ਦਵਾਈ ਤੁਹਾਡੇ ਮੇਰੇ ਸਾਹਮਣੇ ਰੱਖੀ ਹੈ, ਲਓ ਭਰਾਵੋ। ਸਿਰਫ 1 ਰੁਪਇਆ, ਤੁਸੀਂ ਪਾਨ ਖਾਂਦੇ ਹੋ ਤੁੱਕ ਦਿੰਦੇ ਹੋ, ਸਿਗਟ ਪੀਂਦੇ ਹੋ ਤੁੱਕ ਦਿੰਦੇ ਹੋ, ਬੁਲਬਾ ਖਰੀਦਦੇ ਹੋ ਫੁੱਟ ਜਾਂਦਾ, ਕੁਲਵੀ ਖਾਂਦੇ ਹੋ 5 ਮਿੰਟ ਸਵਾਦ ਹੁੰਦਾ ਖਤਮ ਹੋ ਜਾਂਦਾ। ਇਹਦੇ ਨਾਲ ਤੁਹਾਡੇ ਬਾਲ ਹਮੇਸ਼ਾ ਵਾਸਤੇ ਕਾਲੇ ਹੋ ਜਾਣਗੇ, ਗੰਜ ਖਤਮ ਹੋ ਜਾਊਗਾ। ਬਾਬਾ ਭੰਬਕਰ ਸ਼ਾਹ ਦੀ ਬਖਸ਼ੀ ਹੋਈ ਦਾਤ ਸਿਰਫ ਸਾਨੂੰ ਮਿਲੀ ਹੈ ਤੇ ਲੈ ਲਓ ਜਿਹਨੇ ਲੈਣਾ ਹੈ। ਵਾਹ 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 ਸਭ ਨੂੰ ਮਿਲੇਗਾ, ਕੋਈ ਬੰਦਾ ਨਹੀਂ ਰਹੇਗਾ, ਜੇ ਮਰਜ਼ੀ ਹੋ ਜਾਏ ਸ਼ਾਬਾਸ਼ ਸਾਨੂੰ ਦੇਵਾਂਗੇ।
ਸੋਹਣੇ ਨੇ ਬੜੀ ਦੇਰ ਕਰਤੀ, ਹੁਣ ਤਿਕਰ ਤੁਹਾਨੂੰ ਆ ਜਾਣਾ ਚਾਹੀਦਾ ਸੀ। ਤੇ ਮੈਂ ਆ ਗਿਆ, ਤੂੰ ਪਹਿਲਾਂ ਯਾਦ ਕਰਦੀ ਮੈਂ ਪਹਿਲਾਂ ਜਾਂਦਾ। ਮਾਂ ਤੂੰ ਯਾਦ ਕਰਨ ਵਿੱਚ ਭਾਵਾਂ ਦੇਰੀ ਕਰਦੇ ਪਰ ਮੈਂ ਆਉਣ ਚ ਦੇਰੀ ਨਹੀਂ ਕਰਦਾ। ਆ ਲੈ ਆ ਤੇਰੇ ਵਾਸਤੇ ਫਲ, ਆ ਤੇਰੀ ਦਵਾਈ। ਹੈਲੋ ਮਾਂ ਜੀ, ਅੱਜ ਦੀ ਕਮਾਈ। ਹਾਂ ਮਾਂ ਜੀ, ਅੱਜ ਤੇ ਉਸਤਾਦ ਨੇ ਕਮਾਲ ਕਰ ਦਿੱਤਾ। ਇੱਧਰ ਇਹਨੇ ਤਮਾਸ਼ਾ ਵਿਖਾਇਆ ਉਸਤਾਦ ਨੇ, ਉਧਰ ਲੋਕਾਂ ਦੇ ਰੁਪਏ ਨੇ ਨੋਟਾਂ ਦੀ ਬਾਰਿਸ਼ ਕਰ ਦਿੱਤੀ। ਹਾਂ ਮਾਂ, ਨਾਲੇ ਹੁਣ ਅਸੀਂ ਸੋਚਿਆ ਵੀ ਦੂਜੇ ਸ਼ਹਿਰਾਂ ਵਿੱਚ ਜਾ ਕੇ ਤਮਾਸ਼ਾ ਦਿਖਾਈਏ। ਕਿਉਂ ਜਮੂਰੇ ਫਿਕ ਪਦਾਰੀ? ਹਾਂ ਮਾਂ ਜੀ, ਇਸ ਸ਼ਹਿਰ ਦੇ ਸਾਰੇ ਲੋਕ ਸਾਡਾ ਤਮਾਸ਼ਾ ਵੇਖ ਚੁੱਕੇ ਨੇ ਔਰ ਅੱਜ ਦਾ ਤਮਾਸ਼ਾ ਸਾਡਾ ਇੱਥੇ ਆਖਰੀ ਤਮਾਸ਼ਾ। ਹਾਂ ਮਾਂ, ਹੁਣ ਤੂੰ ਠੀਕ ਹੋ ਜਾ, ਫਿਰ ਅਸੀਂ ਹੋਰ ਸ਼ਹਿਰਾਂ ਵਿੱਚ ਜਾ ਕੇ ਆਪਣਾ ਤਮਾਸ਼ਾ ਕਰਾਂਗੇ। ਮੈਨੂੰ ਕੀ ਹੋਣਾ, ਦਵਾਈ ਤਾਂ ਤੂੰ ਲਿਆ ਦਿੱਤੀ ਹੈ, ਆਪੇ ਖਾ ਕੇ ਠੀਕ ਹੋ ਜਾਂਗੀ। ਚੱਲਿਆ, ਮੇਰੇ ਪਿੱਛੇ ਕੰਮ ਥੋੜੀ ਛੱਡ ਦੇਣਾ। ਮਾਂ, ਤੇ ਫਿਰ ਚੱਲੀਏ? ਅੱਛਾ ਮਾਂ, ਜਾਣ ਤੋਂ ਪਹਿਲੇ ਆਪਣੇ ਭਾਈਏ ਦਾ ਆਸ਼ੀਰਵਾਦ ਨਹੀਂ ਲੈਣਾ? ਹਾਂ ਭਾਈਆ, ਮੈਨੂੰ ਆਸ਼ੀਰਵਾਦ ਦੇ, ਮੈਂ ਆਪਣੇ ਕੰਮ ਚ ਕਾਮਯਾਬ ਰਹਾਂ ਤੇ ਮਾਂ ਦੀ ਸੇਵਾ ਕਰਦਾ ਰਹਾਂ। ਮਾਂ, ਤੈਨੂੰ ਹਲੇ ਵੀ ਵਿਸ਼ਵਾਸ ਹੈ ਵੀ ਭਾਈਆ ਤੇ ਵੀਰਾ ਜਿਉਂਦੇ ਹੈ? ਹਾਂ ਪੁੱਤਰ, ਇਸੇ ਵਿਸ਼ਵਾਸ ਦੇ ਸਹਾਰੇ ਤਾਂ ਮੈਂ ਅੱਜ ਤੱਕ ਆਪਣੀ ਮਾਂ ਪਤਨੀ ਹਾਂ। ਤੂੰ ਵੇਖੀ, ਰੱਬ ਸਾਨੂੰ ਸਾਰਿਆਂ ਨੂੰ ਇੱਕ ਦਿਨ ਜ਼ਰੂਰ ਮਿਲਾ ਦੇਗਾ। ਅੱਛਾ ਮਾਂ, ਮੇਰਾ ਰਾਜਾ ਪੁੱਤਰ, ਜਾ ਚੱਲ ਚੱਲ। ਐਡੇ ਵੱਡੇ ਪਿਓ ਦਾ ਪੁੱਤਰ ਤੇ ਕਿਸਮਤ ਨੇ ਇਹਨੂੰ ਸੜਕਾਂ ਤੇ ਧੱਕੇ ਖਾਣ ਲਈ ਮਦਾਰੀ ਬਣਾ ਦਿੱਤਾ। ਮੇਰੇ ਹੀ
ਉਹ ਮੈਂ ਕਿਹਾ ਸਵਾਲ ਹੀ ਨਹੀਂ ਪੈਸਾ ਹੁੰਦਾ, ਇਹ ਪੈਸਿਆਂ ਨਾਲ ਤੇਰੇ ਨੱਚਣ ਦਾ ਮੁੱਲ ਚੁਕਾਇਆ ਜਾ ਸਕੇ। 18, 19, 20, 21 ਵਾਹ ਬਈ ਵਾਹ, ਅੱਜ ਤੇ ਇਉਂ ਲੱਗਦਾ ਜਿਵੇਂ ਪੈਸਿਆਂ ਦੀ ਬਰਸਾਤ ਹੀ ਹੋ ਗਈ ਹੈ। ਬਰਸਾਤ ਨਾ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਤੂੰ ਨੱਚਣ ਦੇ ਵੀ ਗਿਰੇ ਖਵਾਤੇ, ਕਿਉਂ ਜਮੂਰੇ ਫਿੱਟ ਮਜਾਰੀ ਉਹ ਨੱਚਿਆ ਮੈਂ ਕਿਹੜਾ ਘੱਟ ਆ। ਵੈਸੇ ਤੇਰੇ ਨੱਚਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਥੋੜਾ ਝੋਟਾ ਜਾਣਾ ਹੋਵੇ ਤਾਂ ਅੰਨਾ ਸਕੀਨ ਤੇ ਕੁਝ ਚਲਤਾ, ਕਿਉਂ ਜਮੂਰੇ ਫਿੱਟ ਮਜਾਰੀ। ਉਹ ਚੁੱਪ ਕਰ, ਜ਼ਿਆਦਾ ਬਕਵਾਸ ਕਰਨ ਦੀ ਕੋਈ ਲੋੜ ਨਹੀਂ, ਇਹ ਸਾਡਾ ਆਪਸ ਦਾ ਮਾਮਲਾ, ਸਮਝ ਗਿਆ? ਵੀ ਤੈਨੂੰ ਨੱਚਣ ਨੂੰ ਕਿਹਨੇ ਕਿਹਾ ਸੀ? ਤੂੰ ਆਪਣਾ ਲੋਕਾਂ ਵਿੱਚ ਖਲੋ ਕੇ ਵੇਖਿਆ ਕਰ, ਤੈਨੂੰ ਮੇਰੇ ਨਾਲ ਤਮਾਸ਼ੇ ਵਿੱਚ ਨੱਚਣ ਦੀ ਕੋਈ ਲੋੜ ਨਹੀਂ। ਬਿਲਕੁਲ ਠੀਕ ਹੈ, ਕਿਉਂ ਜਮੂਰੇ ਫਿੱਟ ਮਜਾਰੀ। ਉਹ ਮੈਂ ਸਿੱਧਕੇ ਜਾਵਾਂ ਤੇਰੇ ਇਸ ਗੁੱਸੇ ਤੋਂ, ਤੂੰ ਇਸ ਗੁੱਸੇ 'ਚ ਕਿੰਨੀ ਕੁ ਸੋਹਣੀ ਲੱਗੀ ਹੈ, ਇਹ ਸਾਡੇ ਕੋਲ ਪੁੱਛ ਕੇ ਵੇਖ। ਬਾਤਾਂ ਬੱਕਿਆ ਨਾ ਕਰ ਤੂੰ, ਮਾਮਾ ਤੂੰ ਘਰ ਜਾ, ਮੈਂ ਰੋਟੀ ਪਾਣੀ ਦਾ ਸਮਾਨ ਲੈ ਕੇ ਆਉਂਦੀ ਹਾਂ। ਠੀਕ ਹੈ ਪੁੱਤ, ਪਰ ਛੇਤੀ ਆਈ, ਆ ਆਪਣਾ ਬਟੂਆ ਤੇ ਲੈਂਦੀ ਜਾ। ਜਾਨੀ ਆ ਚੱਲ ਜਮੂਰੇ, ਜਲਦੀ। ਮਾਮਾ ਅੱਜ ਤੇ ਪੈਸੇ ਦੀ ਬੜੀ ਬਰਸਾਤ ਹੋ ਗਈ ਹੈ, ਅੱਜ ਤੇ ਬੁਲਾ ਦੇ। ਨਾ ਭੰਬੀਰੀ, ਰੇਸ਼ਮਾ ਮੈਨੂੰ ਮਾਰ ਛੱਡੂ, ਆ ਜੇ ਤੂੰ ਪਿਲਾਨਾ ਤੇ ਚੱਲਦੇ ਆ। ਮਾਮਾ ਅਸੀਂ ਤੇ ਰੋਜ਼ ਹੀ ਬੁਲਾ ਕੇ ਭੁੱਲ ਜਾਂਦੇ ਆ, ਪਰ ਜ਼ਰਾ ਸਾਡਾ ਖਿਆਲ ਰੱਖੀ। ਠੀਕ ਹੈ, ਤੂੰ ਮੇਰੇ ਪਿੱਛੇ ਕਿੱਦੂ ਰਹਿਣਾ? ਸਾਡਾ ਤੁਹਾਡੇ ਪਿੱਛੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਤੁਸੀਂ ਆਪਦਾ ਜਾ ਰਹੇ ਹੋ, ਅਸੀਂ ਆਪਦਾ ਜਾ ਰਹੇ ਹਾਂ, ਉਹ ਤਾਂ ਬਾਈ ਚਾਂਸ ਤੁਸੀਂ ਅੱਗੇ ਜਾ ਰਹੇ ਹੋ, ਅਸੀਂ ਪਿੱਛੇ ਆ ਰਹੇ ਹਾਂ। ਮੈਂ ਅੱਗੇ ਜਾ ਰਹੀ ਹਾਂ, ਪਰ ਤੈਨੂੰ ਮੇਰੇ ਪਿੱਛੇ ਆਉਣ ਦੀ ਕੋਈ ਲੋੜ ਨਹੀਂ। ਤੁਸੀਂ ਮੇਰੇ ਪਿੱਛੇ ਹੋ ਜਾਓ, ਅਸੀਂ ਅੱਗੇ ਹੋ ਜਾਂਦੇ ਹਾਂ। ਮੁਸਟੰਡੇ ਨਾ ਹੁਣ ਤਾਂ ਚਮੂਰੇ, ਮੈਂ ਕਿਹਾ ਸੋਹਣਿਓ ਸਾਡੀ ਵੀ ਇੱਕ ਨਿੱਕੀ ਜਿਹੀ ਗੱਲ ਸੁਣ ਲਓ। ਕੀ ਗੱਲ ਹੈ ਦੱਸ? ਸੁਣਿਆ ਅੱਜ ਬੜਾ ਮਾਲ ਕਮਾਇਆ ਤੇ ਸਾਡਾ ਹਿਸਾਬ ਵੀ ਕਰ ਦਿਓ। ਕਾਹਦਾ ਹਿਸਾਬ? ਪੂਰਾ ਇੱਕ ਮਹੀਨਾ ਹੋ ਗਿਆ ਤੇਰਾ ਮਾਮਾ ਮੇਰੇ ਠੇਕਿਓਂ ਉਧਾਰ ਸ਼ਰਾਬ ਲੈ ਕੇ ਗਿਆ ਸੀ, ਨਾ ਆਪ ਮੁੜਿਆ ਤੇ ਨਾ ਪੈਸਾ। ਤੇ ਤੂੰ ਸ਼ਰਾਬ ਉਧਾਰ ਦਿੱਤੀ ਕਿਉਂ? ਉਹ ਤੇਰੇ ਮੂੰਹ ਵੱਲ ਵੇਖ ਕੇ ਤੇਰਾ ਮਾਮਾ ਜੂ ਹੋਇਆ, ਲੈ ਆਪਣਾ ਪੈਸੇ। ਵਾਹ, ਇਹ ਗੱਲ ਖੂਬ ਹੋਈ, ਸ਼ਰਾਬ ਮਾਮੇ ਨੂੰ ਉਧਾਰ ਪਿਲਾਉਂਦਾ, ਪੈਸੇ ਮੇਰੇ ਕੋਲੋਂ ਮੰਗਦਾ, ਜਾ ਕੇ ਮਾਮੇ ਕੋਲ ਲੈ ਲੈ, ਸਾਰੇ ਪੈਸੇ ਉਹਦੇ ਕੋਲ ਨੇ। ਤੇ ਕੀ ਇਹ ਮੈਂ ਬਾਜ਼ਾਰ ਵਾਸਤੇ ਲਿਆਈ ਆ। ਲੈ ਆਪਣਾ, ਸਾਨੂੰ ਡੁੱਬਿਆ ਮਾਲ ਵਸੂਲ ਕਰਨਾ ਆਉਂਦਾ ਹੈ। ਓਏ ਛੱਡ ਓਏ ਫੜਾ ਲੱਖਿਆ ਜਮੂਰੇ ਫਿਰ ਬਜ਼ਾਰੀ। ਕੁੜੀ ਕੋਲੋਂ ਬਟੂਆ ਖੋ ਕੇ ਤੇਰਾ ਇਸ ਤਰ੍ਹਾਂ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਤੂੰ ਕੁੜੀ ਦਾ ਮਾਮਾ ਲੱਗਣਾ? ਮਾਮਾ ਹੋਏਗਾ ਤੂੰ, ਮੇਰਾ ਤਾਂ ਮਾਮਾ ਆਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਤੇ ਤੈਨੂੰ ਦੱਸਣਾ ਕਿ ਮੈਂ ਕੌਣ ਹੈ। ਚੂਮਤ ਦੀ ਡਾਲੀ ਤੇ ਅਸੀਂ ਪੀੜੀਆ ਚਾਦੀ ਪਿਆਲੀ। ਬੋਕੀਆਂ ਧਮਕੀਆਂ ਪਹਿਲਾਂ ਮੈਂ ਬਹੁਤ ਦੇਖੀਆਂ। ਇਹ ਪਤੀਲਾ ਤੇ ਇੱਥੋਂ ਨਿਕਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਇਹਨੂੰ ਸਿਰਫ ਮੈਂ ਕਰ ਸਕਦਾ। ਪਹਿਲਾਂ ਵਾਅਦਾ ਕਰ, ਜੋ ਮੈਂ ਕੁਝ ਕਹੂੰਗਾ ਕਰੇਗਾ? ਅੱਛਾ, ਸ਼ੂ ਮੰਤਰ ਕੀ ਡਾਲੀ, ਸ਼ੂ ਸ਼ੂ ਕੀ ਲੈ, ਆ ਜਾ ਪੈਰ ਪਤੀਲੇ, ਆ ਜਾ ਪੈਰ ਪਤੀਲੇ। ਮੂਲੀ ਖਾ, ਮੂਲੀ। ਹਾਂ ਮੈਂ ਨੀ ਖਾਂਦਾ ਮੂਲੀ। ਖਾ ਲਈ ਪਾ ਮੂਲੀ,
ਮੈਂ ਨਹੀਂ ਖਾਂਦਾ ਨਹੀਂ ਖਾਂਦਾ ਖਾ ਖਾਣਾ ਖਾ ਮੁੜੀ ਹੁਣ ਕਿਵੇਂ ਬਾਦਰ ਵਾਂਗ ਮੂੰਹ ਮਾਰਦਾ ਹੋਰ ਸਵਾਲ ਨਾਲ ਪੰਗੇ ਲੈਣ ਦੇ ਹੋਰ ਸਵਾਲ ਨਾਲ ਫੜੂਆ ਚੱਕਣ ਦੇ ਚੱਕ 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 ਹੋਰ ਸਵਾਲ ਲੈ ਤੈਨੂੰ ਤਾਂ ਹੋਰ ਸਵਾਲ ਸਿਖਾਊਂਗਾ ਸ਼ਾਬਾਸ਼ ਮੂਲੀ ਖਤਮ ਹੋ ਗਈ ਸ਼ੁਭ ਮੰਤ ਕੀ ਡਾਲੀ ਹਾਜ਼ਮੇ ਵੀ ਕਰ ਦਿਆਂਗੇ ਤੇ ਹੁਣ ਮੈਂ ਜਾਵਾਂ ਤੇ ਮਿਰਚਾਂ ਤੇਰਾ ਬੁੜਾ ਖਾਊਗਾ ਮਿਰਚਾਂ ਹਾਂ ਨਹੀਂ ਨਹੀਂ ਮੈਂ ਮਿਰਚਾਂ ਨਹੀਂ ਖਾਣੀਆਂ ਇਹ ਤੈਨੂੰ ਖਾਣੀਆਂ ਹੀ ਪੈਣਗੀਆਂ ਨਹੀਂ ਚੰਗਾ ਫਿਰ ਐਂ ਕਰ ਇੱਕ ਮਿਰਚ ਦਾ ਜ਼ਰੂਰ ਖਾ ਲੈ ਆ ਲੈ ਮਿਰਚ ਹਾਂ ਖਾਣੀ ਪਏਗੀ ਗੱਲ ਸੁਣ ਅੱਜ ਤੂੰ ਮੁੜ ਕੇ ਕਿਸੇ ਕੁੜੀ ਨੂੰ ਛੇੜੇਗਾ ਨਹੀਂ ਕਿਸੇ ਕੁੜੀ ਦੇ ਮਗਰ ਲੱਗੇਗਾ ਨਹੀਂ ਕਿਸੇ ਕੁੜੀ ਦਾ ਬੁੜਵਾ ਚੱਕੇਗਾ ਨਹੀਂ ਚੱਲ ਸਾਲਾ ਕਿਉਂ ਜਬੂਰੇ ਫਿਟ ਮਦਾਰੀ ਤੇ ਹੁਣ ਤੂੰ ਮਾੜਾ ਜਾ ਇੱਥੇ ਠਹਿਰ ਤੇ ਮੈਂ ਮਾੜਾ ਜਾ ਕਹਾ ਹਾਂ ਮਰ ਗਿਆ ਵਗ ਜਾ ਵਗ ਜਾ ਸਵਾਲ ਹੀ ਨਹੀਂ ਪੈਦਾ ਹੁੰਦਾ ਭੱਜ ਜਾਂਦਾ ਆ ਲਓ ਤੁਹਾਡਾ ਬੜੂਆ ਤੁਹਾਡੀ ਬੜੀ ਮਿਹਰਬਾਨੀ ਮੈਂ ਕਿਹਾ ਮਿਹਰਬਾਨੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਤੁਸੀਂ ਖੋਲ ਕੇ ਦੇਖ ਲਓ ਪੈਸੇ ਪੂਰੇ ਹੈ ਹਾਂ ਮੈਂ ਮਰ ਗਈ ਇੱਥੇ ਕੁਝ ਵੀ ਨਹੀਂ ਹੈ ਖਾਲੀ ਹੈ ਮੈਂ ਕਿਹਾ ਖਾਲੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਹੱਲ ਇੱਕ ਦੋ ਤਿੰਨ ਚਾਰ ਪੰਜ ਤੁਹਾਡੀ ਬੜੀ ਮਿਹਰਬਾਨੀ ਚੰਗਾ ਮੈਂ ਚੱਲਦੀ ਹਾਂ ਗੱਲ ਸੁਣ ਇਹ ਘਰੇ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਗਿਣ ਲਾ ਫਿਰ ਘਰੇ ਜਾ ਕੇ ਹੀ ਘੱਟ ਹੈ ਇੱਕ ਦੋ ਤਿੰਨ ਚਾਰ ਇੱਕ ਦੋ ਤਿੰਨ ਚਾਰ ਅਰੇ ਪੰਜਵਾਂ ਕਿੱਥੇ ਗਿਆ ਮੈਂ ਕਿਹਾ ਘੱਟ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਤੁਸੀਂ ਆਪਣੀਆਂ ਜੇਬਾਂ ਦੇਖੋ ਜੇਬ ਨਹੀਂ ਜਿੱਥੇ ਤੁਸੀਂ ਪੈਸੇ ਰੱਖਦੇ ਹੁੰਦੇ ਹੋ ਇੱਥੇ ਪਹੁੰਚਿਆ ਨਹੀਂ ਅਸੀਂ ਪਾਇਆ ਪਾਇਆ ਉਹ ਕਿਵੇਂ ਲਓ ਫੇਰ ਪਾ ਕੇ ਦਿਖਾ ਦਿੰਦੇ ਹਾਂ ਨਹੀਂ ਨਹੀਂ ਠੀਕ ਹੈ ਠੀਕ ਹੈ ਮੈਨੂੰ ਤਾਂ ਤੂੰ ਕੋਈ ਜਾਦੂਗਰ ਲੱਗਣਾ ਹੈ ਨਹੀਂ ਅਸੀਂ ਮਦਾਰੀ ਹੁੰਨੇ ਆ ਤੇ ਸ਼ਹਿਰ ਚ ਨਵੇਂ ਨਵੇਂ ਆਏ ਆ ਚੰਗਾ ਚੰਗਾ ਤੁਸੀਂ ਆਇਓ ਤੇ ਮੈਂ ਚੱਲਦੀ ਹਾਂ ਨਾਸ਼ਤਾ ਅੱਛਾ ਉਹ ਮੈਂ ਕਿਹਾ ਮਿਲਦੇ ਜੁਲਦੇ ਰਹੋ ਮਦਾਰੀ ਉਸਤਾਦ ਜੀ ਪਹਿਲੇ ਝਟਕੇ ਜੀ ਹਲਾਲ ਹੋ ਗਏ ਉਹ ਹਲਾਲ ਨੀ ਅਸੀਂ ਤਾਂ ਉਹੀ ਮਰ ਗਏ ਮਤਲਬ ਜਿਉਣ ਦਾ ਸਵਾਲ ਹੀ ਨੀ ਪੈਦਾ ਹੁੰਦਾ ਕਿਆ ਨੱਚਦੀ ਹੈ ਕਿਆ ਤਪਦੀ ਹੈ ਕਿਆ ਗਾਉਂਦੀ ਹੈ ਕਿਆ ਛਲਾਂਗਾ ਨਗਾਉਂਦੀ ਹੈ ਤੇ ਕਿਆ ਕੁੰਗੜੀ ਛਲਕਾਉਂਦੀ ਹੈ ਹਾਏ 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 ਮੈਂ ਮਰ ਗਿਆ ਮਾਰਨਾ ਪੈਂਦਾ ਸ਼ਹਿਰ ਨਵੇਂ ਨਵੇਂ ਆਏ ਲੱਗਦੇ ਹੋ ਜੀ ਪਛਾਣ ਲਿਆ ਨਾ ਕਮਾਲ ਹੈ ਜੀ ਕਮਾਲ ਹੁਣ ਤਾਂ ਕੁੜੀਆਂ ਛੇੜਨੀਆਂ ਸ਼ੁਰੂ ਕਰਦੀਆਂ ਆਰਾਮ ਜ਼ਿਆਦਾ ਓਏ ਆਪਣੇ ਸ਼ਹਿਰ ਦੀਆਂ ਧੀਆਂ ਭੈਣਾਂ ਆਪਣੀਆਂ ਕੁੜੀਆਂ ਆਉਂਦੀਆਂ ਗੋਲੀ ਭਰ ਕੇ ਗੌਰਮੈਂਟ ਜੀ ਅਸੀਂ ਤਾਂ ਪਰ ਦੂਸਰੇ ਸ਼ਹਿਰ ਦੇ ਓਏ ਹੁਣ ਤਾਂ ਐਸੇ ਸ਼ਹਿਰ ਚੋਂ ਜੇ ਕਿਸੇ ਕੁੜੀ ਨੂੰ ਹੁਣ ਛੇੜਿਆ ਮੈਂ ਅੰਦਰ ਠੋਕ ਦੂੰਗਾ ਗੋਲੀ ਭਰ ਕੇ ਓਹੋ ਮੇਰਾ ਮੇਰਾ ਨਾਂ ਪਤਾ ਕੀ ਹੈ
ਨਾ ਜੀ ਪਤਾ ਨੀ ਨਾ ਮੇਰਾ ਨਾਂ ਹੈ ਪਸਤੌਲ ਸਿੰਘ ਗੋਲੀ ਭਰ ਕੇ ਤੁਸੀਂ ਇੱਥੇ ਕੰਨ ਕੀ ਆਏ ਹੋ ਅਸੀਂ ਮਦਾਰੀ ਹੁੰਦੇ ਹਾਂ ਜੀ ਤੇ ਇੱਥੇ ਤਮਾਸ਼ਾ ਦਿਖਾਉਣ ਆਏ ਹਾਂ ਸ਼ਕਲ ਤਾਂ ਤੁਸੀਂ ਮਦਾਰੀ ਲੱਗਦੇ ਨੀ ਵੈਸੇ ਸ਼ਕਲੋਂ ਤਾਂ ਤੁਸੀਂ ਵੀ ਪਸਤੌਲ ਸਿੰਘ ਨਹੀਂ ਨਜ਼ਰ ਆਉਂਦੇ ਜੀ ਛਟਾਪ ਤੂੰ ਦੱਸ ਤੂੰ ਮਦਾਰੀ ਕਿਵੇਂ ਆ ਗੋਲੀ ਭਰ ਕੇ ਮੈਂ ਦੱਸਾਂ ਜੀ ਆਹੋ ਤਗੜ ਦੰਬੂ ਬੜ ਬੰਬੂ ਥੋੜਾ ਮੂੰਹ ਖੋਲੋ ਜੀ ਕਿਉਂ ਜੀ ਹੁਣ ਤਾਂ ਪਤਾ ਲੱਗ ਗਿਆ ਸੀ ਮਦਾਰੀ ਹੈ ਅਨੰਦਾਰ ਜੀ ਠੀਕ ਹੈ ਠੀਕ ਹੈ ਵੈਸੇ ਮੈਂ ਤੁਹਾਨੂੰ ਅੰਦਰ ਵੀ ਕਰ ਸਕਦਾ ਗੋਲੀ ਭਰ ਕੇ ਕਿਉਂ ਜਮੂਰੇ ਫਿੱਟ ਮਦਾਰੀ ਮਾਮਾ ਮੈਂ ਵੀ ਦੇਖ ਮੈਂ ਤੁਹਾਨੂੰ ਡਰਦਾ ਮੈਨੂੰ ਤੇਰੀ ਕੁਛ ਮਾਮਾ ਤੂੰ ਨਲੀ ਤੇ ਖਾਧੀ ਨਹੀਂ ਦੇਖ ਨਲੀ ਬਿਲਕੁਲ ਤੇਰੀ ਸ਼ਕਲ ਵਾਂਗੂ ਨਜ਼ਰ ਆਉਂਦਾ ਮਾਮਾ ਨਲੀ ਮੈਨੂੰ ਹੋਈ ਪਏ ਤੇਰੇ ਦੂਜੇ ਕੰਨ ਦੀ ਮੋਰੀ ਵੀ ਖੋਲ ਦਿਆਂ
ਸ਼ਾਹ ਜੀ ਗੁਜ਼ਰ ਗਏ ਨੇ। ਵਸੀਅਤ ਦੇ ਮੁਤਾਬਿਕ ਉਹਨਾਂ ਦੀ ਜਾਇਦਾਦ ਦਾ ਹੱਕਦਾਰ ਉਹਨਾਂ ਦਾ ਲੜਕਾ ਭੋਲਾ ਹੈ। ਉਹਨਾਂ ਦੀ ਜਾਇਦਾਦ ਸਿਰਫ ਭੋਲੇ ਨੂੰ ਇਸ ਸ਼ਰਤ ਤੇ ਮਿਲ ਸਕਦੀ ਹੈ ਕਿ ਉਹ ਜਲਦੀ ਆਪਣਾ ਵਿਆਹ ਕਰਾ ਲਏ। ਜਦ ਤੱਕ ਭੋਲਾ ਵਿਆਹ ਨਹੀਂ ਕਰਦਾ ਉਦੋਂ ਤੱਕ ਉਹਨਾਂ ਦੇ ਕਾਰੋਬਾਰ, ਉਹਨਾਂ ਦੀ ਵਹੁਟੀ ਚੰਦਰਮੁਖੀ ਤੇ ਉਹਨਾਂ ਦੇ ਸਾਲੇ ਦੀਪਕ ਦੇ ਹੱਥ ਚ ਰਹੇਗੀ। ਬਾਪੂ ਤੂੰ ਇਹ ਕੀ ਲੈ ਗਿਆ, ਮੇਰਾ ਤਾਂ ਫਿਰ ਵਿਆਹ ਹੀ ਨਹੀਂ ਹੋਣਾ। ਦੀਪੂ ਤੂੰ ਭੋਲੇ ਨੂੰ ਅੰਦਰ ਲੈ ਜਾ, ਦੇਖ ਉਹਦਾ ਕੀ ਹਾਲ ਹੋ ਗਿਆ, ਰੋ ਰੋ ਕੇ ਉਹਨੂੰ ਪਿਆਰ ਕਰ, ਬਾਪੂ ਦੇ ਮਰਨ ਦਾ ਬੜਾ ਦੁੱਖ ਹੈ ਉਹਨੂੰ। ਚੱਲ ਕਾਕਾ ਭੋਲੇ ਅੰਦਰ ਚੱਲ, ਤੈਨੂੰ ਮੈਂ ਚੱਲ ਕੇ ਪਿਆਰ ਕਰਨਾ। ਆ ਜਾ ਆ ਜਾ ਆ ਜਾ ਆ ਚੱਲੀਏ ਆ ਜਾ। ਇਹਦਾ ਮਤਲਬ ਹੈ ਸਾਰੀ ਜਾਇਦਾਦ ਭੋਲੇ ਦੇ ਨਾਂ ਕਰ ਗਏ ਨੇ ਜੀ? ਜਦੋਂ ਤੱਕ ਉਹ ਵਿਆਹ ਨਹੀਂ ਕਰਦਾ ਉਦੋਂ ਤੱਕ ਕਾਰੋਬਾਰ ਦੇ ਮਾਲਿਕ ਤੁਸੀਂ, ਜਦੋਂ ਉਹ ਵਿਆਹ ਕਰ ਲਏਗਾ ਸਾਰੀ ਜਾਇਦਾਦ ਦਾ ਮਾਲਿਕ ਉਹ। ਬਾਪੂ ਤਾਂ ਵਸੀਅਤ ਕਰਕੇ ਮਰ ਗਿਆ ਔਰ ਤੈਨੂੰ ਅਸੀਂ ਮਾਰ ਦਿਆਂਗੇ ਜੇ ਤੂੰ ਵਿਆਹ ਕਰਾਉਂਦਾ ਨਾ ਲਿਖਾ। ਕਿੱਥੇ ਐ ਜ਼ਰਾ ਕੁੜੀ ਦੇਖੇਗਾ? ਨਹੀਂ ਦੇਦਾ। ਵਿਆਹ ਕਰਾਏਗਾ? ਨਹੀਂ ਦੇਖੇਗਾ। ਕੁੜੀ ਦੇਖੇਗਾ? ਵਿਆਹ ਕਰਾਉਣਾ ਵਿਆਹ ਮੈਂ। ਆਏ ਬਾਪੂ ਮਾਂ ਤੂੰ ਤਾਂ ਪਹਿਲਾਂ ਹੀ ਮੈਨੂੰ ਛੱਡ ਕੇ ਚਲੀ ਗਈ ਸੀ ਮਾਂ, ਤੇ ਹੁਣ ਭਾਈਆ ਵੀ ਮੈਨੂੰ ਛੱਡ ਕੇ ਚਲਿਆ ਗਿਆ ਤੇ ਇਹਨਾਂ ਗਸਾਈਆਂ ਦੇ ਵੱਸ ਪਾ ਗਿਆ ਮਾਂ। ਮਾਂ ਇਹ ਮਤਰੇਈ ਮਾਂ ਤੇ ਮਾਮਾ ਤਾਂ ਪਹਿਲਾਂ ਹੀ ਕੁੱਟਣ 'ਚ ਕਸਰ ਨਹੀਂ ਛੱਡਦੇ ਸੀ ਤੇ ਹੁਣ ਤਾਂ ਮੈਨੂੰ ਬਹੁਤ ਹੀ ਕੁੱਟਣਗੇ ਮਾਂ, ਹੁਣ ਮੈਨੂੰ ਕੌਣ ਬਚਾਊਗਾ ਮਾਂ? ਜਮੂਰੇ ਇਹ ਸਾਹਮਣੇ ਕਿਹੜੀ ਸ਼ਾਹ ਆ ਰਹੀ ਹੈ? ਉਸਤਾਦ ਇਹ ਤੇ ਮੇਰੀ ਹੁਣ ਵਾਲੀ ਭਰਜਾਈ ਆ ਰਹੀ ਹੈ। ਸ਼ਾਬਾਸ਼ ਉਸਤਾਦ, ਦੇਖੀ ਕਿਸੇ ਚੱਕਰਾਂ 'ਚ ਨਾ ਫਸੀ। ਓਏ ਚੱਕਰਾਂ 'ਚ ਫਸ ਕੇ ਸਾਨੂੰ ਸਵਾਦ ਹੀ ਆਉਂਦਾ ਹੈ। ਮਦਾਰੀਆ ਅੱਜ ਕੋਈ ਤਮਾਸ਼ਾ ਨਹੀਂ, ਕੀ ਗੱਲ ਹੈ? ਤਮਾਸ਼ਾ ਵਿਖਾਣ ਦਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ। ਕਿਉਂ ਕਿਉਂ ਇਹੋ ਜਿਹੀ ਕਿਹੜੀ ਗੱਲ ਹੋ ਗਈ? ਮੈਂ ਦੱਸਾਂ, ਜਦੋਂ ਦਾ ਤੇਰਾ ਨਾਚ ਗਾਣਾ ਦੇਖਿਆ ਨਾ ਉਸਤਾਦ, ਜਿਹੜੀ ਡੱਬਰੂ ਵਜਾਉਣਾ ਹੀ ਭੁੱਲ ਗਏ ਨੇ। ਮੈਂ ਕਿਹਾ ਤੂੰ ਨਾਚਣਾ ਬੰਦ ਕਿਉਂ ਕਰਤਾ? ਮੈਂ ਕੀ ਕਰਾਂ, ਮੈਨੂੰ ਤਾਂ ਮੇਰੇ ਮਾਮੇ ਦੀ ਸ਼ਰਾਬ ਨੇ ਮਾਰ ਸੁੱਟਿਆ। ਤੇ ਜੇ ਸ਼ਰਾਬ ਆਸੀ ਸ਼ਰਾਬ ਹੀ ਹੈ ਫੇਰ? ਸੱਚ ਬਤਾ ਰਿਹਾ? ਉਹ ਝੂਠ ਬੋਲਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਪਰ ਮੇਰੇ ਮਾਮੇ ਦੇ ਨਾਲ ਨਾਲ ਉਸ ਪਮੀਰੀ ਪਹਿਲਵਾਨ ਨੂੰ ਵੀ ਠੀਕ ਕਰਨਾ ਪਏਗਾ। ਮੈਂ ਕਿਹਾ ਪਮੀਰੀ ਪਹਿਲਵਾਨ ਦੀ ਪਮੀਰੀਆਂ ਖਵਾ ਦਾਂਗੇ ਮੈਂ ਦੱਸਾਂ। ਪਰ ਗੱਲ ਸੁਣ, ਜੇ ਅਸੀਂ ਤੇਰੇ ਦੋਨੇ ਕੰਮ ਕਰਵਾ ਦਈਏ ਫੇਰ ਇਹ ਕੰਮ ਸਾਡਾ ਕਰੇ ਕਿ ਨਹੀਂ ਕਰੇਗੀ? ਦੱਸ। ਕਰੇਗੀ ਨਾ? ਦੱਸ ਤੇ ਸਹੀ। ਉਹ ਮੈਂ ਕਿਹਾ ਦੱਸਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਤੂੰ ਆਪੇ ਸਮਝ ਲੈ। ਫੇਰ ਵੀ ਫੇਰ ਤੈਨੂੰ ਨਾ ਮੈਨੂੰ ਮਿਲਣ ਵਾਸਤੇ ਬਾਗ ਚੋਣਾ ਪਊਗਾ।
जे मेरे मामे दी शराब छुट गई ताई हो ना। वाह मदारिया वाह, कमाल करते ही तरमना। वाह वही होता है जो मजदूरे मदारी होता है। होता है। शप असी बोलते सच से लोग आखते गप गप दा गपौड़ी पर भरावो अस गप मारने आए जो कुछ कहेंगे सच कहेंगे। जमूरे हिट पधारे। मैं कौन? औ उस्ताद पधारे। तू कौन? तेरा जमूरा कमजा कमजा। हसूंगा हसाएगा हसांगा, नसूंगा नसाएगा नसांगा, जो पूछूंगा दसेंगा दसांगा। तुरे इधर जमूरे फिट मदारे। ये कौन है? ये बंदा मदारे। ये ब्याह वगे कमारे है? ब्याह मदारे। वाह एदी जेब की है? एदी जेब च फोटो। फोटो किसी? फोटो ए फोटो एदे मशूक दी फोटो। ओहो पर ब्याह वेले जेब च मशूक दी फोटो? हां उस्ताद मदारी नहीं यकीन ते कट के देख ले। लो देख लेने हैं। ओहो लो भी भरावो देख लो बेहेब दे जेज मसूद दी फोटो। हाल है दा दो दो बच्चियां दे बाप हो के तुसी एक ही खे खांदे फिरदे हो। घर चलो घर चल के मैं ताड़ा इश्क दा भूत कटदी हां। जमूरे हिच पधारे। ओए है ये गल्ला ना कर जिदना छापे बैन क्या पता जे कर जाके पेगा जिले चकले ते बेलना चलेगा ते पराठे पकड़ गए। आ जा के आ जा के आ जा के। जमूरे हिट मदारे। ए बंदा कौन है? ए उस्ताद मदारे होयो जिदे मुंह चो फीता कढ़िया सी। मतलब हवालदार पस्तौल सिंह की चांदा है? ए थानेदार बनना चांदा है। कदों बनेगा? कदों बनेगा? मस्या दी रात नु जदों चंद चढ़ेगा। लो जी मस्या दी रात नु जदों चंद चढ़ेगा थानेदार बन जाएगा। आ जा जमूरे मदारे। आ जा मस्या केड़ा दूर है? जमूरे हिट मदारे। जानवर कौन है? ए जानवर नहीं उस्ताद मदारी है बंदा। कौन? ए पमीरी पहलवान। की चांदा है? ए अज बुलाती पीना चांदा है। मतलब? मतलब रोज देसी पींदा अज ब्लड दी खाश हो गई है। क्या पहलवान जी शिफ्ट करते जी जे मिल जाए ना मजा ही आ जाओ। पहलवान जी आ लाओ और पियो और जियो। ठीक है जमूरे चलो मदारी। वाह भाई वाह, आज इतना मुफ्त दी शराब पीने जो और भी मजा आएगा। मामा इन मुख दी ना समझ। ओ मदारी नू मैं पूरे 5 रुपए दे के आया। पूरे 5 रुपए भाई ताई 5 रुपए दे विच अंग्रेजी शराब महंगी नहीं हैगी पहलवाना। फुलाक ला है रे मामा। अंग्रेजी शराब देख के तेरे मुंह बड़ी छेती पानी आ गया भाई। तेरे मुंह में ते मूत्रन लग पिया पहलवाना। ओ ठीक है मेरा मुंह भी मूत्रन लग पिया पर मामा अंग्रेजी शराब पीन लगया मैं कालियों करनी। ओ क्यों? ओ तेनू नहीं पता मामा नवी शराब ते नवी रन ਬੁੱਲਾ ਨਾਲ ਲਾਲ ਲੱਗਿਆ ਕਦੀ ਕਾਲ ਨਹੀਂ ਕਰੀਦੀ। ਹਲਾ ਉਸ ਤੋਂ ਪਹਿਲਾਂ ਥੋੜੀ ਜਿਹੀ ਸ਼ੇਰੋ ਸ਼ਾਇਰੀ ਹੋ ਜਾਏ। ਸ਼ੇਰੋ ਸ਼ਾਇਰੀ? ਆਹੋ ਠੀਕ ਹੈ ਲੈ ਤਾਂ ਫਿਰ ਸੁਣ। ਕਹਿੰਦੇ ਆ ਸ਼ਰਾਬ ਹੋਵੇ ਤੇ ਸ਼ਬਾਬ ਹੋਵੇ। ਵਾਹ 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 ਮਾਮਾ ਜਵਾਬ ਨਹੀਂ ਤੇਰਾ ਕੀ ਕਾਫੀ ਅਮਲਾ ਆਈ। ਸ਼ਰਾਬ ਹੋਵੇ ਸ਼ਬਾਬ ਹੋਵੇ ਅਗੋਂ ਬੋਲ ਅਗੋਂ। ਸ਼ਰਾਬ ਹੋਵੇ ते शबाब होवे अगो तू बोल। मैं बोला हां सुन। शराब होवे शबाब होवे
और आया हो या पेशाब हो गया? सर बेटे हूँ तेरे शायरी है। क्यों मामा? क्या किसरा काफी नाल काफिया मिलाया है, शराब दे नाल पेशाब दा काफिया इन मिलदा है जिवे बुन नाल फुल। ठीक है गिलास तो चखो। मदारी ठहरो मामा एडी कड़ी काल है, तेनू चुस्कियां लै लैके पीनी। जे तू एकदम अंदर सुट लिया पता लगेगा तू ओ डिग्गा है ते पग तेरी ओ डिग्गी हुई है। हला भाई चुस्कियां लै लैके पीने आ हा ले भाई अज तो इस अंग्रेजी शराब का मजा ही कुछ अलग जि आ रहा। इंज पता लगता जिस तरह गिलास साफ नहीं और कुछ लूना लूना जहा स्वाद है और स्वाद भी कुछ अजीब जहा कुछ समझ नहीं आ रही। हूँ तेनों की पता अंग्रेजी शराब के स्वादा का एक कुट होर पी लो भाई मैनू तो बड़ा मजा आ रहा यार। मामा ए शराब ना बीवी मैनू गड़बड़ लग रही है। मेनू बेवकूफ ना बना, तू पहले मेरे ना चलाकी करके अपने गिलास शराब ज्यादा पा ली है, हूं मेनू रोक के पूरी बोतल खुद ही पी जाना चाहना। मामा ये शराब नहीं वो पेशाब ही। पेशाब? हाँ मैं सौ खा के कहना ये पेशाब ही। तेनू की ना पता है, तेनू पेशाब का स्वाद पता है? ले फिर तेरे को उनकी छुपाना है। एक बारी मैं पेशाब का स्वाद देखा सी पर वो तो मेरा अपना पेशाब सी। अपना पेशाब सी? ये तो लगता है किसी कुत्ते का पेशाब है। कुत्ते का? मेरा भी जन्म नहीं चाहिए। कल नल गया, मैं आज की गल कर रहा। मैं हम कभी शराब नहीं पियांगा। तू सच कह रहा है मामा? हाँ हाँ, मैं तो कि मैं अपनी सत पुष्टा ने नाल लिख जाऊंगा कि कभी शराब नहीं पीना। हाँ ओए बल्ले बल्ले मामा। हाय वी इन्नू की हो गया। सवाल ही नहीं पैदा होंदा सी। मामा ने सचमुच शराब छड़ दी थी। वो तो छड़नी सी ना, छड़न का सवाल ही नहीं पैदा होंदा सी। अस तो वड़िया वड़िया चीजा छड़ा दिए, गांजा अफीम ते तो फिर भी शराब सी। तू तो कमाल दा मदारी है। वो तो है ही ना, होने का सवाल ही नहीं पैदा होंदा। तू कड़ा घट मदारना है, तू भी कमाल दा नचदी है।
ਸੱਚ? ਹਾਂ, ਮੈਂ ਕਹਿੰਦਾ ਜੇ ਆਪਾਂ ਦੋਨੇ ਰਲ ਕੇ ਤਮਾਸ਼ਾ ਕਰੀਏ ਨਾ ਤਾਂ ਸਾਰੀ ਦੁਨੀਆ ਲੁੱਟ ਕੇ ਖਾ ਜਾਈਏ। ਤੇਰੇ ਘੁੰਗਰੂ ਤੇ ਮੇਰਾ ਡਮਰੂ ਜਦੋਂ ਰਲ ਕੇ ਵਜਾਈਏ ਨਾ ਤੇ ਦੁਨੀਆ ਜੇ ਪਾਗਲ ਨਾ ਹੋਲੇ ਤਾਂ ਸਵਾਦ ਨਹੀਂ ਪੈਦਾ ਹੁੰਦਾ। ਆਪਾਂ ਤਾਂ ਇਹਦਾ ਤਮਾਸ਼ਾ ਕਰਾਂਗੇ ਵੀ ਸਾਰੀ ਦੁਨੀਆ ਦੇਖਦੀ ਰਹਿ ਜੂਗੀ। ਤਮਾਸ਼ਾ ਕੀ? ਲੈ ਫਿਰ ਲੈ ਫਿਰ ਆ ਜਾ ਮੇਰੀ ਛਾਤੀ ਤੇ। ਕੀ? ਮੇਰਾ ਮਤਲਬ ਆਪਦੇ ਪੈਰ ਮੇਰੀ ਛਾਤੀ ਤੇ ਰੱਖ ਦੇ। ਤੂੰ ਮੇਰਾ ਪੈਰ ਸਹਾਰ ਲਵੇਂਗਾ? ਪਰ ਨਾ ਸਹਾਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਤੂੰ ਰੱਖਦਾ ਸੀ ਤੇ ਫਿਰ ਦੇਖ ਤਮਾਸ਼ਾ। ਚੰਗਾ ਮੈਨੂੰ ਸਜਣਾ ਨਚਾਈ ਜਾ ਨਚਾਈ ਜਾ ਡਮਰੂ।
ਮਿਲਾਈ ਜਾ ਮਿਲਾਈ ਜਾ ਮਿਲਾਈ ਜਾ ਸੁਰ ਮੇਰੇ ਸੁਰ ਨਾਲ ਸੁਣੀਏ ਮਿਲਾਈ ਜਾ ਮਿਲਾਈ ਜਾ ਮਿਲਾਈ ਜਾ ਜਾਂਦਾ ਕਿਧਰ ਹੈ ਚਲਾ ਇੱਧਰ ਮੈਨੂੰ ਲੱਗਦਾ ਉਹਦੇ ਤੈਨੂੰ ਮੂਲੀਆਂ ਤੇ ਮਿਰਚਾਂ ਕੁਝ ਜ਼ਿਆਦਾ ਹੀ ਸਵਾਦ ਲੱਗੀਆਂ ਜਿਹੜੀਆਂ ਤੂੰ ਆਪਦੇ ਦੋਸਤਾਂ ਨੂੰ ਖਵਾਉਣ ਪੀਣ ਵਾਸਤੇ ਨਾਲ ਲਿਆਇਆ ਪਰ ਮੇਰੇ ਕੋਲ ਤਾਂ ਟਾਈਮ ਹੈ ਨਹੀਂ ਯਾਰ ਖਵਾਉਣ ਪੀਣ ਨੂੰ ਮੁਦਾਰੀਆ ਅੱਜ ਮੈਂ ਇਕੱਲਾ ਨਹੀਂ ਆਇਆ ਤੇਰੀਆਂ ਹੱਡੀਆਂ ਨੂੰ ਕੱਚੀਆਂ ਮੂਲੀਆਂ ਵਾਂਗ ਚਬਾ ਜਾਵਾਂਗਾ ਤੇ ਮਿਰਚੀ ਤੇਰੀ ਉਹ ਠਹਿਰ ਜਾ ਭਾਈ ਪਹਿਲਾਂ ਮੂਲੀਆਂ ਦਾ ਹਿਸਾਬ ਤਾਂ ਲੈ ਲਾ ਮਿਰਚਾਂ ਦਾ ਹਿਸਾਬ ਤਾਂ ਪਿੱਛੋਂ ਦੱਸ ਦਿਆਂਗੇ ਕਿਉਂ ਰੇਸ਼ਮਾ ਫਿਰ ਮਦਾਰੀ ਓਏ ਫੜ ਲਾ ਮਦਾਰੀ ਦੇ ਬੱਚੇ ਨੂੰ ਤੇ ਕਰ ਦਿਓ ਟੋਟੇ ਟੋਟੇ ਸਾਰਾ ਮੂਲੀਆਂ ਗਾਜਰਾਂ ਖਾਣ ਦਾ ਓ ਪੱਤਰ ਤੂੰ ਬੰਦਾ ਹੀ ਮਾਰ ਦੇਂਗੀ ਹਲੇ ਤਾਂ ਮੈਂ ਤੇਰੇ ਨਾਲ ਵਿਆਹ ਕਰਾਉਣਾ ਕਿਤੇ ਥਾਣੇ ਨਾਲ ਮੁਲਾਕਾਤ ਹੋਇਆ ਕਰਨ ਹੁਣ ਮਾਂ ਮਰ ਗਈ ਤੇ ਲਿਖਦੀ ਹੈ ਕਿ ਮੇਰਾ ਇਸ ਦੁਨੀਆ ਤੁਹਾਡੇ ਸਿਵਾ ਹੋਰ ਕੋਈ ਨਹੀਂ ਮੈਂ ਤੁਹਾਡੇ ਘਰ ਰਹਿਣ ਆ ਰਹੀ ਹਾਂ ਹੈ ਅਸੀਂ ਯਤੀਮਖਾਨਾ ਖੋਲਿਆ ਉਹ ਭੈਣੇ ਸਾਡੇ ਸਿਰ ਤੇ ਅੱਗੇ ਬਥੇਰੀ ਪਸੂੜੀਆਂ ਨੇ ਇਹ ਨਈ ਮੁਸਬਤ ਕਿੱਥੋਂ ਆ ਰਹੀ ਹੈ ਉਹ ਮੈਂ ਕਹਿੰਦੀ ਤੂੰ ਖੇਤੀ ਜਾ ਤੇ ਜਾ ਕੇ ਤਾਰ ਦੇ ਕੇ ਆ ਕੇ ਇੱਥੇ ਆਉਣ ਦੀ ਕੋਈ ਲੋੜ ਨਹੀਂ ਮਸੀ ਮੈਨੂੰ ਪਛਾਣਿਆ ਨੀ ਤੂੰ ਕਾਰੂ ਦੀ ਧੀ ਹੈ ਮੁੰਦਰੀ 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 ਇਹ ਮੇਰਾ ਭਰਾ ਦੀਪੂ ਹੈ ਨਮਸਤੇ ਮਾਮਾ ਜੀ ਮਾਮਾ ਜੀ ਨਾਲ ਆ ਮੇਰਾ ਮਤਲਬ ਜੀ ਹਾਂ ਚੱਲੀ ਆਈ ਅੱਛਾ ਕੁੜੀਏ ਤੂੰ ਸਫਰ ਤੋਂ ਆਈ ਹੈ ਬਹੁਤ ਅੱਛੀ ਲੱਗਦੀ ਜਾ ਜਾ ਕੇ ਨਾਨੂ ਲੈ ਜਾ ਤੂੰ ਇਹਨੂੰ ਕਿਉਂ ਬੁਲਾ ਰਿਹਾ ਇਹਨੂੰ ਤੂੰ ਦੋ ਦਿਨਾਂ ਚੋਂ ਇੱਥੋਂ ਦਫ਼ਾ ਕਰ ਦੇ ਮੈਂ ਤੈਨੂੰ ਸਾਫ ਕਹਿ ਦੇਣਾ ਕਿ ਅਸੀਂ ਤੈਨੂੰ ਇੱਥੇ ਜ਼ਿਆਦਾ ਦਿਨ ਨਹੀਂ ਰੱਖਣ ਵਾਲੇ ¶¶
ਮੈਂ ਕੌਣ ਹੈ? ਤੂੰ ਕੌਣ ਹੈ? ਕੌਣ ਹੈ? ਕੌਣ ਹੈ ਤੂੰ? ਤੂੰ ਕੌਣ ਹੈ? ਤੂੰ ਕੌਣ ਹੈ? ਮੈਂ ਭੋਲਾ। ਭੋਲਾ ਕੌਣ? ਭੋਲਾ ਤੂੰ ਕੀ ਕਰ ਰਿਹਾ? ਕੀ ਕਰ ਰਿਹਾ? ਦੇ ਲੈ। ਕੀ? ਮੈਨੂੰ ਦੇ ਲੈ। ਕੀ? ਕਮੀਜ਼ ਮੇਰੀ ਹੈ। ਮੈਨੂੰ ਦੇ ਨਾ। ਮੇਰੀ ਕਮੀਜ਼ ਹੈ। ਮਾਮੇ ਦੀ ਬੱਚੀ ਨਾ ਹੋਏ ਤਾਂ ਦੱਸ ਤੂੰ ਕਿੱਥੋਂ ਆਈ ਹੈ? ਮੈਂ ਮਦਾਰੀ ਨੂੰ ਮਿਲ ਕੇ। ਮੈਨੂੰ ਪਮੀਰੀ ਪਹਿਲਵਾਨ ਨੇ ਸਭ ਕੁਝ ਦੱਸ ਦਿੱਤਾ। ਤੂੰ ਰੋਜ਼ ਮਦਾਰੀ ਨੂੰ ਮਿਲਣ ਜਾਣੀ ਹੈ? ਮਦਾਰੀ? ਹਾਂ ਮਾਮਾ, ਮੈਂ ਮਦਾਰੀ ਕੋਲੋਂ ਤੇਰੇ ਫਾਇਦੇ ਲਈ ਜਾਦੂ ਸਿੱਖਣ ਜਾਣੀ ਆ। ਜਾਦੂ? ਹਾਂ ਮਾਮਾ, ਉਹ 1 ਰੁਪਏ ਦੇ 2 ਰੁਪਏ ਬਣਾ ਦਿੰਦਾ। ਉਹ ਕਿਵੇਂ? ਕਾਹਦੇ 1 ਰੁਪਏ? ਨਹੀਂ ਵੇਖ, 1 ਰੁਪਿਆ ਹੈ। ਆਹੋ, ਹੁਣ 2 ਬਣ ਜਾਊਗਾ। ਕੜਕ ਸ਼ੋਕ ਸ਼ੜਕ ਸ਼ੋਕ ਫੜਕ ਫੂਕ ਮਾਰ ਫੂਕ। ਬਣ ਗਏ ਨੇ 2। ਤੂੰ 5 ਤੇ 10 ਬਣਾ ਸਕਦੀ? ਆਹੋ, ਐਲਾ ਬਣਾ ਕੇ ਵਖਾ। ਐ ਵੇਖ ਲੈ 5। ਆਹੋ, ਹੁਣ ਆਈ ਵੇਖ। ਕੜਕ ਸ਼ੋਕ ਫੜਕ ਫੂਕ ਸ਼ੜਕ ਸ਼ੋਕ ਮਾਰ ਫੂਕ। ਬਿਲਕੁਲ ਬਣ ਸਕਦੇ। ਕੱਟ ਸੌਦਾ ਨੋਟ ਕੱਢੋ। ਸੌਦਾ ਨੋਟ ਵੇਖ ਲੈ। ਸੌਦਾ ਨੋਟ ਹੈ, ਹੁਣੇ ਵਿਖਾਨੀ। ਕੜਕ ਸ਼ੋਕ ਫੜਕ ਫੂਕ ਸ਼ੜਕ ਸ਼ੋਕ ਮਾਰ ਫੂਕ। ਇਹ 100 ਦਾ ਨੋਟ ਮੇਰਾ, ਇਸ ਕਰਕੇ ਫੂਕ ਮੈਨੂੰ ਮਾਰਨ ਦੇ। ਅੱਛਾ, ਤੂੰ ਮਾਰ ਲੈ। ਪਮੀਰੀ, ਹੁਣ ਵੇਖ ਲੈ 1 ਦੇ ਨੋਟ ਕਿਸ ਤਰ੍ਹਾਂ ਬਣ ਜਾਣਗੇ। ਹੈ, 1 ਹੋ ਗਿਆ। ਮੇਰਾ 100 ਦਾ ਨੋਟ ਕਿੱਥੇ ਗਿਆ? ਗਾਇਬ ਹੋ ਗਿਆ। ਗਾਇਬ ਹੋ ਗਿਆ? ਉਹ 200 ਨਹੀਂ ਤੇ ਮੇਰਾ 100 ਨਹੀਂ ਵਾਪਸ ਲੈ ਆਇਆ। ਪਰ ਮੈਂ ਕੀ ਕਰਾਂ, ਤੂੰ ਚੰਗੀ ਤਰ੍ਹਾਂ ਫੁੱਕੀ ਨਹੀਂ ਮਾਰੀ। ਮੈਂ ਤਾਂ ਚੰਗੀ ਤਰ੍ਹਾਂ ਮਾਰੀ ਸੀ। ਜੇ ਚੰਗੀ ਤਰ੍ਹਾਂ ਫੁੱਕ ਮਾਰਦਾ ਤੇ ਨੋਟ ਕਿਸ ਤਰ੍ਹਾਂ ਗਾਇਬ ਹੋ ਜਾਂਦਾ? ਵਾਪਸ ਕਿਵੇਂ ਲਿਆਵਾਂ? ਮੈਂ ਤੇ ਮਦਾਰੀ ਕੋਲੋਂ 1 ਦੇ 2 ਨੋਟ ਬਣਾਉਣ ਸਿੱਖੇ ਨੇ, ਪਰ ਜੇ ਨੋਟ ਗਾਇਬ ਹੋ ਜਾਏ ਤਾਂ ਉਹਨੂੰ ਵਾਪਸ ਲਿਆਉਣ ਦਾ ਜਾਦੂ ਮੈਂ ਨਹੀਂ ਸਿੱਖੀ। ਜੇ ਮਾਮਾ ਕਵੇ ਤਾਂ ਹੁਣੇ ਸਿੱਖ ਕੇ ਆਉਂਦੀ ਆ। ਮਾਮਾ ਮਾਮਾ, ਛੇਤੀ ਕੋ ਸਿੱਖ ਕੇ ਆਵੇ। ਹਾਂ ਮਾਮਾ, ਜਾ ਪੁੱਤ, ਛੇਤੀ ਛੇਤੀ ਮਦਾਰੀ ਕੋਲ ਜਾ ਤੇ ਛੇਤੀ ਛੇਤੀ ਸਿੱਖ ਆ। ਚੰਗਾ ਮਾਮਾ, ਜਾਨੀ ਆ। ਆਹੋ, ਕਮਾਲ ਕਮਾਲ ਦੇ ਮਦਾਰੀਆ ਮਦਾਰੀਆ। ਅੱਜ ਤਾਂ ਬੜੀ ਖੁਸ਼ ਲੱਗਦੀ ਹੈ ਮਦਾਰੀਆ। ਅੱਜ ਮੈਂ ਤੈਨੂੰ ਸਿਖਾਇਆ ਜਾਦੂ ਨਾਲ ਮਾਮੇ ਨੂੰ ਪਹਿਲਵਾਨ ਨੂੰ ਉੱਲੂ ਬਣਾਤਾ। ਐਲੇ 100 ਰੁਪਿਆ ਪਹਿਲਵਾਨ ਦਾ ਸਫਾਇਆ ਕਰਤਾ।
ਠੀਕ ਹੈ, ਕੱਲ ਚੱਲਾਂਗੇ ਮੇਲੇ ਜਾਂ 100 ਰੁਪਏ ਨਾਲ ਖੂਬ ਮੌਜਾ ਕਰਾਂਗੇ। ਤੂੰ ਤਾਂ ਨਾਲ ਚੱਲੇਗੀ, ਤੇਰਾ ਨਾ ਜਾਣਦਾ ਤਾਂ ਸਾਲ ਨਹੀਂ ਪਹਿਲਾਂ ਆਉਂਦਾ। ਪਰ ਜੇ ਮਾਮੇ ਨੇ ਨਾ ਜਾਣ ਦਿੱਤਾ ਤਾਂ? ਤਾਂ ਕੋਈ ਬਹਾਨਾ ਕਰਕੇ ਆ ਜੀ। ਬਹਾਨਾ ਤਾਂ ਹੀਰ ਨੇ ਵੀ ਲਾਇਆ ਸੀ ਤੇ ਸੋਹਣੀ ਨੇ ਵੀ ਲਾਇਆ ਸੀ। ਤੂੰ ਕਿਹੜਾ ਸੋਹਣੀ ਤੋਂ ਘੱਟ ਹੈ, ਤੂੰ ਮੇਰੀ ਸੋਹਣੀ ਤੇ ਮੈਂ ਤੇਰਾ ਸੋਹਣਾ। ਪਰ ਉਹ ਪਹਿਲਵਾਨ ਕੋਲ ਕਿਵੇਂ ਪਿੱਛੇ ਛੁੜਾਵਾਂ? 24 ਘੰਟੇ ਮੇਰੇ ਪਿੱਛੇ ਕੁੱਤਿਆਂ ਵਾਂਗੂ ਲੱਗਾ ਰਹਿੰਦਾ ਹੈ। ਇਹ ਸਾਰੇ ਕੁੱਤੇ ਨੂੰ ਹੱਡੀ ਪਾਉਣੀ ਪਊਗੀ। ਇਹਨੂੰ ਮੈਂ ਇਹ ਜੀ ਹੱਡੀ ਪਾਊਂਗਾ, ਨਾ ਮੂੰਹ ਖੋਲਣ ਜੋਗਰਾ ਨਾ ਬੰਦ ਕਰਨ ਜੋਗਰਾ। ਇਹ ਹੱਡੀ ਨੂੰ ਖਾਣ ਦੀ ਕੋਸ਼ਿਸ਼ ਕਰੂਗਾ, ਹੱਡੀ ਇਹਨੂੰ ਖਾਣ ਦੀ ਕੋਸ਼ਿਸ਼ ਕਰੂਗੀ। ਚੁੱਪ ਚੁੱਪ ਕੇ ਕੀ ਵੇਖਣਾ? ਕੀ ਵੇਖਣਾ ਚੁੱਪ ਚੁੱਪ ਕੇ? ਮੈਂ ਅੱਗਾ ਸ਼ੇਰ ਦਾ ਤੇ ਪਿੱਛੇ ਗਿੱਦੜ ਦਾ। ਚੱਲ ਤਾਰੇ ਉਸਤਾਦ ਕੋਲ ਚੱਲ। ਤੇਰੇ ਉਸਤਾਦ ਦੀ ਮੈਂ ਕਰਨ ਨੀ ਦੇਖੋ। ਮੇਰੀ ਗੱਲ ਮੋਟਾ ਸਾਂ, ਚੁੱਪ ਚੁੱਪ ਕੇ ਤੁਹਾਡੀਆਂ ਗੱਲਾਂ ਸੁਣ ਰਿਹਾ ਸੀ। ਦੇਖੋ ਚੋਟਿਆ, ਜਦੋਂ ਮਦਾਰੀ ਕਿਸੇ ਸੋਹਣੇ ਕੁੜੀ ਨਾਲ ਪਿਆਰ ਦੀਆਂ ਗੱਲਾਂ ਕਰ ਰਿਹਾ ਹੋਵੇ ਨਾ, ਤਾਂ ਜਿਹੜਾ ਬੰਦਾ ਛੁਪ ਕੇ ਸੁਣਦਾ ਉਹ ਅੰਨਾ ਹੋ ਜਾਂਦਾ। ਤੂੰ ਅੱਜ ਰਾਤ ਨੂੰ ਅੰਨਾ ਹੋਇਆ ਹੀ ਨਹੀਂ, ਮਤਲਬ ਤੇਰਾ ਨਾਂ ਅੰਨਾ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਕਿਉਂ ਜਮੂਰੇ? ਫਿਟ ਮਦਾਰੀ, ਉਹ ਮਦਾਰੀ ਆ ਪੁੱਤਰਾ, ਜੇ ਮੈਂ ਅੰਨਾ ਹੁੰਦਾ ਤੇ ਹੋਣ ਦੇ। ਉਹ ਸਾਲਿਆ 100 ਦਾ ਨੋਟ ਸਾਡਾ, ਇਹ ਹੋਣ ਵਾਲੀ ਵੋਟੀ ਮੇਰੀ, ਔਰ ਮੇਲਾ ਵੇਖ ਕੇ ਤੂੰ ਜਾ ਕੇ। ਉਹ ਮੈਂ ਤੈਨੂੰ ਨਹੀਂ ਜਾਣ ਦੇਣਾ। ਪਰੇ ਹਟ ਓਏ, ਜੇ ਤੂੰ ਆਪਦੇ ਹੱਥ ਪੈਰ ਨਾ ਚਲਾਏ ਤਾਂ ਚੰਗਾ ਹੈ, ਜੇ ਮੈਂ ਆਪਦੇ ਹੱਥ ਪੈਰ ਚਲਾਉਣ ਤੇ ਆ ਗਿਆ ਨਾ ਤਾਂ ਤੇਰਾ ਕੱਖ ਨਹੀਂ ਰਹਿਣਾ। ਇਹਦਾ ਮਤਲਬ ਤੂੰ ਮੈਨੂੰ ਡਰਾ ਰਿਹਾ? ਤੂੰ ਆਪਣੇ ਆਪ ਡਰ ਜੇ ਚੰਗਾ, ਨਹੀਂ ਸਭ ਤੋਂ ਤਾਂ ਵੱਡੇ ਵੱਡੇ ਡਰ ਜਾਂਦੇ ਆ। ਕਿੱਥੇ ਸਭ? ਸਭ ਤੇਰੀ ਸਲਵਾਰ ਕਰਦਾ ਵੀ ਹੁਣ ਲੱਗਿਆ ਨਾ ਪਤਾ। ਮਨਾਰੀ ਲਿਆ ਪੁੱਤਰਾ, ਤੂੰ ਮੈਨੂੰ ਸਭ ਲੜ ਰਹੇਗਾ। ਮਾਮਾ ਹੀਰ ਦਿਆ, ਮੈਂ ਤੇਰੀ ਮਾਮੇ ਕੇ ਜਾਗੇ ਸ਼ਿਕਾਇਤ ਕਰਾਂਗਾ ਕਿ ਤੂੰ ਦੋਵੇਂ ਮੇਰਾ ਰੁਕੇ ਚੱਲੇ ਹੋ। ਓਏ ਜਾ, ਕਹਦੇ ਕਹਦੇ ਪਿਆਰ ਕਰਨ ਵਾਲੇ ਇਹ ਜਾਂ ਧਮਕੇ ਤੋਂ ਡਰਦੇ ਹੁੰਦੇ? ਮੈਂ ਦੱਸਾਂ ਛੱਡਾ ਫਿਰ। ਮਾਂ ਪਿਓ ਨੂੰ ਖਾ ਗਈ ਤੇ ਮੇਰੇ ਜੋਗੀ ਰਹਿ ਗਈ। ਤੈਨੂੰ ਉਸ ਮੁਸ਼ਕਲ ਦੇ ਬਦਲ ਕੇ ਨਾ ਬਾਪ ਪਿਆਰ ਕੇ ਕਿੰਨਾ ਪਾਉਂਦਾ ਸ਼ਰਮ ਆਈ। ਮੈਂ ਵੇਖਣਾ ਹੁਣ ਤੂੰ ਉਸ ਬਦਮਾਸ਼ ਦਾ ਮੇਲਾ ਲੈ ਕੇ ਕਿਵੇਂ ਜਾਂਦੀ। ਯਾਦ ਰੱਖ, ਜੇ ਅੱਜ ਤੋਂ ਬਾਅਦ ਤੂੰ ਇਸ ਕਮਰੇ ਤੋਂ ਬਾਅਦ ਪੈਰ ਨਹੀਂ ਮਾਰਨਾ, ਮੈਂ ਤੇਰੀਆਂ ਲੱਖਾਂ ਬਣ ਕੇ ਰੱਖ ਦਿੰਦਾ। ਰੇਸ਼ਮਾ, ਉਹ ਮਾਫ ਕਰਨਾ ਭੈਣ ਜੀ, ਮੈਂ ਸਮਝਾਂ ਮੇਰੀ ਰੇਸ਼ਮਾ। ਮੈਨੂੰ ਰੇਸ਼ਮਾ ਸਮਝ? ਭੈਣ ਦਿਆ ਪੁੱਤਰਾ, ਬੰਬੀਰੀ ਦਿਆ ਪੁੱਤਰਾ, ਸੰਭਲ ਕੇ ਚੱਲੋ। ਰੇਸ਼ਮਾ, ਉਹ ਜਲ ਭੁਗਣਾ ਮੇਰੀ ਬਹੁਤ ਹੀ ਸਰ ਰਿਹਾ। ਗਲਤੀ ਹੋਈ ਹੈ ਬਾਬਾ, ਜੇ ਜਾਓ ਗੱਲ ਸੁਣੋ। ਜੇ ਕਿਸੇ ਗਲਤੀ ਹੋ ਜਾਂਦੀ ਆਦਮੀ ਭੁੱਲ ਨਹੀਂ ਜਾਂਦਾ ਜੀ, ਤੁਸੀਂ ਤਾਂ ਪਾਗਲ ਹੋ। ਬਾਬਾ ਮੇਰੀ ਰੇਸ਼ਮਾ ਮਰ ਗਿਆ, ਫੇੜਾ ਕਰੇ ਕੋਈ। Thank you.
ਬੋਤਲਾਂ ਚ ਬਾਰੇ ਵਿੱਚ ਰੱਖੀਆਂ ਦੋ ਬੋਤਲਾਂ ਚ ਬਾਰੇ ਵਿੱਚ ਰੱਖੀਆਂ ਆਉਂਦਾ ਜਾਂਦਾ ਕੁੱਟ ਮੰਗਦਾ ਤੇ ਆਉਂਦਾ ਜਾਂਦਾ ਕੁੱਟ ਮੰਗਦਾ ਦੋ ਬੋਤਲਾਂ ਚ ਬਾਰੇ ਵਿੱਚ ਰੱਖੀਆਂ ਤੇ ਆਉਂਦਾ ਜਾਂਦਾ ਕੁੱਟ ਮੰਗਦਾ ਤੇ ਆਉਂਦਾ ਜਾਂਦਾ ਕੁੱਟ ਮੰਗਦਾ Thank you.
ਸਜਣਾ ਦੇ ਵੇੜੇ ਨਿੰਨੀ ਕਜਿਆ ਕੁੰਡ ਕੱਢ ਕੇ ਨਿੰਨੀ ਕਜਿਆ ਕੁੰਡ ਕੱਢ ਕੇ ਚੁੱਪ ਵੀ ਕਰ ਰੇਸ਼ਮਾ ਰੇਸ਼ਮਾ ਲਓ ਵੇਖ ਲਓ ਭਲਵਾਨ ਜੀ ਰੇਸ਼ਮਾ ਤੇ ਅੰਦਰ ਹੈ ਨਾ ਰੇਸ਼ਮਾ ਇੱਕ ਗੱਲ ਦੱਸ ਕੁੰਡੀ ਤਾਂ ਮੈਂ ਬਾਹਰੋਂ ਬੰਦ ਕੀਤੀ ਸੀ ਮਾਮਾ ਤੈਨੂੰ ਗਲਤੀ ਲੱਗੀ ਹੈ ਤੂੰ ਸ਼ਰਾਬ ਦੇ ਨਸ਼ੇ ਚ ਕੁੰਡੀ ਅੰਦਰੋਂ ਬੰਦ ਕੀਤੀ ਸੀ ਲਓ ਦੱਸੋ ਮੈਂ ਕੁੰਡੀ ਬੰਦ ਕਰਨੀ ਸੀ ਬਾਹਰੋਂ ਕਰ ਗਿਆ ਮੈਂ ਅੰਦਰੋਂ ਪਰ ਮੈਂ ਇੱਕ ਨੌਟਾ ਬੇਵਕੂਫ ਤੂੰ ਬੇਵਕੂਫ ਨਹੀਂ ਬੇਵਕੂਫ ਤੇ ਮੈਂ ਬਣ ਗਿਆ ਉਹ ਕਿਵੇਂ ਉਹ ਰੇਸ਼ਮਾ ਇੱਥੇ ਕਮਰੇ 'ਚ ਬੰਦ ਹੈ ਤੇ ਮੈਂ ਉੱਥੇ ਮੇਲੇ 'ਚ ਕਿਸੇ ਹੋਰ ਕੁੜੀ ਨੂੰ ਐਵੇਂ ਰੇਸ਼ਮਾ ਸਮਝ ਕੇ ਉਹਦੇ ਪਿੱਛੇ ਧੱਕੇ ਖਾਂਦਾ ਰਿਹਾ ਚਲੋ ਕੋਈ ਗੱਲ ਨਹੀਂ ਧੱਕੇ ਹੀ ਨਹੀਂ ਮਾਰ ਵੀ ਖਾਧੀ ਹੈ ਉਸ ਕੁੜੀ ਨੇ ਮਾਰ ਮਾਰ ਕੇ ਚਪੇੜਾ ਮੇਰੀ ਗੱਲ ਲਾਲ ਬਿੰਬ ਕਰ ਤੂੰ ਕਿਉਂ ਸੀਏ ਚੱਲ ਅੰਦਰ ਬੇਵਕੂਫ ਨਾ ਹੋਏ ਤੇ ਵੱਡੇ ਦਾ ਸਾਹਮਣੇ ਹੱਸੀ ਦਾ ਚੱਲ ਸ਼ਰਾਬ ਦਾ ਮੇਰਾ ਮਤਲਬ ਮੈਂ ਸ਼ਰਾਬ ਦਾ ਮੈਨੂੰ ਤੇ ਸ਼ਰਾਬ ਦਾ ਨਾਂ ਸੁਣ ਕੇ ਵੀ ਉਲਟੀ ਨਹੀਂ ਆਉਂਦੀ ਮੈਨੂੰ ਤਾਂ ਇੱਕ ਗੱਲ ਦਾ ਡਰ ਲੱਗ ਰਿਹਾ ਭਰਾਵਾ ਕਿਸ ਗੱਲ ਦਾ ਭੈਣੇ ਜੇ ਕਿਸੇ ਨੇ ਭੋਲੇ ਨੂੰ ਜਾਇਦਾਦ ਦੇ ਖਾਤਰ ਵਰਗਲਾ ਲਿਆ ਨਾ ਤੇ ਉਹਨੇ ਸਾਥੋਂ ਪੁੱਛੇ ਬਗੈਰ ਵਿਆਹ ਕਰ ਲਿਆ ਤੇ ਸਾਡੇ ਹੱਥੋਂ ਤੇ ਸਭ ਕੁਝ ਨਿਕਲ ਜਾਣਾ ਓ ਭੈਣੇ ਮੈਂ ਇਸ ਗੱਲ ਦੇ ਤੋੜ ਲਈ ਬਹੁਤ ਦੂਰ ਦੀ ਸੋਚੀ ਏ ਅੱਛਾ ਮੁੰਦਰੀ ਮੁੰਦਰੀ ਕੀ ਇਹ ਨਹੀਂ ਉਹ ਮੁੰਦਰੀ ਆਪਣੀ ਅੱਛਾ ਹਾਂ ਭੋਲੇ ਦਾ ਵਿਆਹ ਮੁੰਦਰੀ ਨਾਲ ਕਰ ਦਿਓ ਮੁੰਦਰੀ ਤਾਂ ਹੈ ਹੀ ਆਪਣੀ ਮੁੱਠੀ ਚ ਭੋਲਾ ਦੂਜੀ ਮੁੱਠੀ ਚ ਮੁੰਦਰੀ ਪੁੱਤਰ ਲਿਆ ਮੈਂ ਤੇਰੀ ਗੁੱਤ ਕਰ ਲਿਆ ਤੂੰ ਮਾਸੀ ਨੂੰ ਆਪੇ ਕਰ ਲਵਾਂਗੀ ਲੈ ਮਾਂ ਤੇ ਮਾਸੀ ਤੂੰ ਫਰਕ ਹੁੰਦਾ ਮੈਂ ਆਪਣੀ ਧੀ ਦਾ ਵਿਆਹ ਬੜੇ ਵੱਡੇ ਘਰ ਚ ਕਰਾਂਗੀ ਜਿੱਥੇ ਰਾਜ ਕਰੇਗੀ ਰਾਜ ਮੈਂ ਤੇਰਾ ਵਿਆਹ ਭੋਲੇ ਨਾਲ ਕਰਾਂਗੀ ਭੋਲੇ ਨਾਲ ਹਾਂ ਉਹ ਪੁੱਤ ਇਹ ਥੋੜਾ ਜਿਹਾ ਬੇਵਕੂਫ ਆ ਪਰ ਬੜੀ ਵੱਡੀ ਜਾਇਦਾਦ ਦਾ ਮਾਲਿਕ ਹੈਗਾ ਭੋਲਾ ਭੋਲਾ ਹੈ ਮਾਸੀ ਬੇਵਕੂਫ ਨਹੀਂ ਮੈਂ ਉਹਨੂੰ ਆਪਣੇ ਪਿਆਰ ਨਾਲ ਆਪੇ ਠੀਕ ਕਰ ਲਵਾਂਗੀ ਅੱਛਾ ਤੇ ਤੈਨੂੰ ਪਸੰਦ ਹੈ ਨਾ ਭੋਲਾ ਪਸੰਦ ਹੈ ਤੁਹਾਡੀ ਪਸੰਦ ਮੇਰੀ ਪਸੰਦ ਮਾਸੀ ਮੇਰੀ ਪਿਆਰੀ ਸੀ ਭੋਲਿਆ ਭੋਲਿਆ
तू मेरे कमरे की लेना ही है, जा चली जा। क्यों, तेरे कमरे से आना मना है? हाँ मना ही है, जा चली जा, मैं नहीं गा। जे मना है तो कमरे से बाहर बोर्ड लगा ले, अंदर ना आन दा। मैं नहीं गा, बस तू मेरे कमरे चली जा। मेरी गल तो सुन। ना मैं कोई गल नहीं सुनी, तू मेरे कमरे चली जा, मैं नहीं गा। चंगी गल भी नहीं? चंगी गल तो सुनूंगा। अच्छा गल ये है, मामा ते मासी मेरा ब्याह तेरे नाल कराना चाहते हैं। ब्याह? ना ना ना, मैं नहीं ब्याह कराना, मैं नहीं ब्याह कराऊंगा। मैं की सुन रहे, तू मुंदरी नाल ब्याह कराने से इनकार कर रहे हैं, तेरी यह जरूरत? नहीं नहीं, मैं ब्याह नहीं कराना, मैं नहीं ब्याह कराना। तू ब्याह नहीं कराना? ना मैं नहीं ब्याह कराना। अच्छा मैं तू ब्याह छुट्टी में नहीं कराना। मां अज मुंदरी ने मेरिया सट्टा ते टकोर की, मां मां मुंदरी मैनू बहुत चंगी लगती है, मेरा जी करदा मैं मुंदरी रोज मिलया करा। मां हां मां मैं मुंदरी रोज मिलया करा, मेरा जी करदा। बोलिया मैं तेनू किन्नी जगह लग के आई हां ते तू इत्थे कल्ला बैठा? जिहदा आपदा कोई भी ना होवे ਉਹ ਇੱਥੇ ਕੱਲਾ ਨਾ ਬੈਠੂਗਾ ਤੇ ਹੋਰ ਕਿਹਦੇ ਕੋਲੇ ਬੈਠੂਗਾ? ਵੀ ਮੈਂ ਤੇ ਤੇਰੇ ਕੋਲ ਆ, ਤੂੰ ਮੇਰੇ ਨਾਲ ਗੱਲਾਂ ਕਰ, ਮੈਂ ਤੇਰੀ ਅੱਖੀ ਚੱਲ ਝੂਠੀ ਐਵੇਂ ਗੱਲਾਂ ਹੀ ਗੱਲਾਂ ਹੈ। ਤੈਨੂੰ ਯਕੀਨ ਨਹੀਂ ਆਉਂਦਾ? ਕਹਿੰਦੇ ਦਿਲ ਦੀਆਂ ਗੱਲਾਂ ਅੱਖਾਂ ਦੱਸ ਦੇਣੀਆਂ, ਤੂੰ ਮੇਰੀ ਅੱਖਾਂ 'ਚ ਵੇਖ ਸਭ ਕੁਛ ਪਤਾ ਲੱਗ ਜਾਊਗਾ। ਕੁਝ ਨਜ਼ਰ ਆਇਆ? ਨਾ ਤਾਂ ਕੁਝ ਨਜ਼ਰ ਨਹੀਂ ਆਇਆ। ਕੁਝ ਵੀ ਨਹੀਂ ਬੋਲਿਆ, ਤੂੰ ਸੱਚਮੁੱਚ ਬੜਾ ਪੋਲਾ ਹੈ। ਫਿਰ ਤੂੰ ਉਦਾਸ ਨਾ ਰਹਿ ਕੇ, ਤੂੰ ਚੁੱਪ ਨਾ ਬੈਠਾ ਕਰ, ਤੂੰ ਕੁਝ ਕਰਿਆ ਕਰ। ਕੀ ਕਰਿਆ ਕਰਾਂ ਮੈਂ? ਕੁਝ ਵੀ ਕਰ। ਕੁਝ ਵੀ ਕਰਾਂ? ਹਾਂ ਹਾਂ ਕੁਝ ਵੀ ਕਰ। ਕੁਝ ਵੀ? ਹਾਂ। ਕੀ ਕਰਿਆ? ਹੋਰ ਕੀ ਕਰਾਂ? ਰਾਜੀ ਹੋ ਗਈ ਮੈਂ ਰਾਂਝਣਾ, ਪੂਰੀ ਕਰਦੇ ਹਾਂ ਮੈਂ ਕਰੀਏ ਪਾਵਾਂ, ਕੋਈ ਮਰ
ਮੈਨੂੰ ਕੀ ਸਮਝਾਵੇ ਖੁੱਲ ਕੇ ਤੂੰ ਬੋਲੇ ਆਵੇ ਹੱਸਿਆ ਨਾ ਬੋਲੇ ਆਵੇ ਖੁੱਲ ਕੇ ਤੂੰ ਬੋਲੇ ਆਵੇ ਹੱਸਿਆ ਨਾ ਬੋਲੇ ਮੇਰੇ ਦਿਲ ਦੀ ਅੱਖ ਬੁਝੇ ਰੋਟੀ ਮਿਲਦੀ ਹੈ ਤੇ ਰੋਜ਼ੀ ਛੱਡ ਕੇ ਮੈਂ ਕਿਵੇਂ ਜਾਵਾਂ? ਮਦਾਰੀਆ ਰੋਜ਼ੀ ਤੈਨੂੰ ਮੈਂ ਦੇਣਾ, ਇੱਕ ਵਾਰੀ ਰੇਸ਼ਮਾ ਨੂੰ ਬਚਾਰਾ, ਮੈਂ ਤੈਨੂੰ ਮੂੰਹ ਮੰਗੇ ਪੈਸੇ ਦਾਂਗਾ। ਫਿਲਹਾਲ 100 ਰੁਪਇਆ ਦੇ ਦੇ। 100 ਰੁਪਇਆ? ਡੰਡਾ ਇਸ ਡੰਡੇ ਦਾ ਸਭ ਬਣੇਗਾ, ਦੇਖੋ ਇਹ
ਅਸਲ ਚ ਮੇਰਾ ਮੁਦਾਰੀ ਉਸਤਾਦ ਸੱਪ ਲੈਣ ਗਿਆ। ਮੈਨੂੰ ਲੱਗਦਾ ਇਹਨੂੰ ਕਿਸੇ ਖਾਸ ਹੀ ਜ਼ਹਿਰੀਲੇ ਸੱਪ ਨੇ ਡੰਗਿਆ। ਇਹ ਸੱਪ ਦਾ ਡੰਗਿਆ ਬੰਦਾ ਬਚ ਨਹੀਂ ਸਕਦਾ, ਮਤਲਬ ਬਚਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਪਰ ਕੁਝ ਵੀ ਕਰ ਮਦਾਰੀ, ਮੇਰੀ ਰੇਸ਼ਮਾ ਨੂੰ ਬਚਾ ਲੈ। ਇਹ ਤੇਰੇ ਭੌਂਕਣ ਵਾਲੇ ਨੱਚਣ ਲੱਗ ਜੂਗੀ। ਹਾਂ, ਜੇ ਠੰਗ ਮਾਰੇ ਨੂੰ 15-20 ਮਿੰਟ ਹੋ ਜਾਣ ਤੇ ਕੋਸ਼ਿਸ਼ ਕੀਤੀ ਜਾਵੇ ਤਾਂ ਬੰਦਾ ਬਚ ਵੀ ਸਕਦਾ। ਮਦਾਰੀ, ਜੇ ਮੇਰੀ ਰੇਸ਼ਮਾ ਮਰ ਗਈ ਤੇ ਮੈਂ ਕਿੱਥੇ ਜਾਵਾਂਗਾ? ਤੂੰ ਜਾਏਗਾ ਟੱਟੇ ਖੂਹ ਚ। ਤੂੰ ਤਾਂ ਐਂ ਬੋਲਦਾ ਜਿਵੇਂ ਤੂੰ ਹੀ ਕੁੜੀ ਦਾ ਮਾਮਾ ਹੁੰਦਾ। ਪਹਿਲਾਂ ਇਹਦਾ ਦੇਖਣ ਦਿਓ ਵੀ ਸੱਪ ਲੜਿਆ ਕਿੱਥੇ ਹੈ। ਹਾਂ, ਢੰਗਾਂ ਕਰੀਆਂ ਸ਼ੁਰੂ ਕਰਦੇ ਹਾਂ। ਇੱਥੇ ਮੌਤ ਤੇ ਮਰਨ ਦਾ ਸਵਾਲ ਹੈ। ਇੱਥੋਂ ਤੱਕ ਵੀ ਸਾਨੂੰ ਕਿਤੇ ਪਤਾ ਲੱਗਦਾ। ਪਕੜ ਲਿਆ ਸੱਪ ਲੜਿਆ ਦੀ ਗੱਲ ਤੇ ਇਹ ਜਹਿਰ ਚੂਸਤੇ ਕੱਢਣਾ ਪਊਗਾ। ਛੇਤੀ ਕਰੋ ਮਦਾਰੀ ਜੀ, ਛੇਤੀ ਕਰੋ। ਮੈਂ ਕੀ ਕਰ ਲਿਆ ਆਪਣਾ ਗੰਦਾ ਮੂੰਹ ਮੇਰੀ ਰੇਸ਼ਮਾ ਕੋਲੋਂ ਭਲਾ ਭਲਾ। ਓਏ, ਤੂੰ ਇਹਨੂੰ ਮਾਰਨ ਨੂੰ ਫਿਰਦਾ ਕਿ ਬਚਾਉਣ ਨੂੰ ਫਿਰਦਾ? ਬਚਾਉਣ ਤੇ ਫਿਰ ਮੂੰਹ ਦੂਰ ਰੱਖ ਕੇ ਜ਼ਹਿਰ ਕਿਵੇਂ ਚੂਸਿਆ ਜਾਊਗਾ? ਓਏ, ਜੇ ਮੂੰਹ ਲਾ ਕੇ ਹੀ ਜ਼ਹਿਰ ਚੂਸਣਾ ਹੀ ਤੇ ਗਿੱਟੇ ਗੁੱਡ ਨੂੰ ਚੂਸ ਲੈ। ਮੈਂ ਮੂੰਹ ਲਾ ਕੇ ਗੱਲ ਤੋਂ ਜ਼ਹਿਰ ਨਹੀਂ ਚੂਸਣ ਦੇਣਾ। ਸੱਪ ਕਿੱਥੇ ਲੜਿਆ ਹੈ? ਜ਼ਹਿਰ ਕਿੱਥੇ ਹੈ? ਉਹ ਵੀ ਗੱਲ ਉਹ ਫਿਰ ਗਿੱਟੇ ਗੋਡੇ ਚੂਸ ਕੇ ਜ਼ਹਿਰ ਕਿਵੇਂ ਕੱਢਿਆ ਜਾ ਸਕਦਾ? ਦੇਖੋ ਪੈਸੇ ਦੀ ਅਕਲ। ਓ ਮਦਾਰੀਆ, ਜ਼ਬਾਨ ਸੰਭਾਲ ਕੇ ਗੱਲ ਕਰ। ਦੇਖੋ, ਮਿੰਟ ਰਹਿ ਗਏ 5, ਹਲੇ ਜ਼ਹਿਰ ਇੱਥੇ ਹੀ ਹੈ। ਫਿਰ ਜ਼ਹਿਰ ਸਾਰੇ ਸਰੀਰ ਫੈਲ ਜੂ, ਤੇਰੇ ਬਚਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਬੋਲੋ, ਚੂਸ ਕੇ ਜ਼ਹਿਰ ਕੱਢਾ ਕੇ ਨਾ ਕੱਢਾ? ਓਏ, ਇਹਨੂੰ ਕੀ ਪੁੱਛਣਾ, ਮੈਨੂੰ ਪੁੱਛ, ਕੀ ਮੇਰੀ ਹੈ ਇਹਦੀ ਨਹੀਂ। ਛੇਤੀ ਕਰੋ ਜੀ, ਛੇਤੀ ਕਰੋ। ਠੀਕ ਹੈ। ਮਾਮਾ, ਜੇ ਕੁੜੀ ਨੂੰ ਬਚਾਉਣਾ ਨਾ ਤੇ ਮਨੋਜ ਨੂੰ ਫੜ ਕੇ ਬਾਹਰ ਕੱਢ ਦੇ, ਨਹੀਂ ਮਿੰਟ ਰਹਿ ਗਏ 2, ਜੇ ਨਹੀਂ ਜਾਂਦਾ ਤਾਂ ਮੈਂ ਜਾਣਾ। ਉਹਦੇ ਬਾਅਦ ਦੇ ਬਚਣ ਦਾ ਸਵਾਲ ਨਹੀਂ ਪੈਦਾ ਹੁੰਦਾ। ਨਹੀਂ ਨਹੀਂ, ਤੁਸੀਂ ਇੱਥੇ ਰਹੋ, ਮੈਂ ਇਹਨੂੰ ਬਾਹਰ ਲੈ ਕੇ ਜਾਂਦਾ। ਔਰ ਚਲੋ ਬਾਹਰ। ਮੈਂ ਕੀ ਕਰਦੀ? ਮੈਨੂੰ ਕਈ ਦਿਨਾਂ ਚ ਮਾਮੇ ਨੇ ਇਸ ਕੋਠੇ ਚ ਬੰਦ ਕੀਤਾ ਹੋਇਆ ਤੇ ਜ਼ਬਰਦਸਤੀ ਮੇਰਾ ਵਿਆਹ ਉਸ ਪੰਮੀ ਦੀ ਪਹਿਲਵਾਨ ਨਾਲ ਕਰਨ ਨੂੰ ਫਿਰਦਾ। ਓਏ ਹੋਏ, ਓਏ, ਤੂੰ ਵੀ ਮੈਨੂੰ ਐਸੇ ਹੀ ਦੱਸ ਰਹੀ ਹੈ ਜਦੋਂ ਮੈਂ ਸ਼ਹਿਰ ਛੱਡ ਕੇ ਬਾਹਰ ਜਾ ਰਿਹਾ? ਨਹੀਂ, ਮੈਂ ਸ਼ਹਿਰ ਕੋਨਾ ਕਿਹੜੇ? ਮੈਂ ਛੱਡ ਕੇ ਜਾ ਰਿਹਾ, ਆਪਣੀ ਰੇਸ਼ਮਾ ਨੂੰ ਛੱਡ ਕੇ ਜਾ ਰਿਹਾ। ਮੈਂ ਉਸ ਨਾਲ ਲੈ ਲੈ ਤੇ ਮੈਂ ਸਰ ਖਾ ਕੇ ਮਰ ਜਾਵਾਂਗੀ। ਇਹ ਗੱਲ ਹੈ ਰੇਸ਼ਮਾ, ਚੱਲ ਤੈਨੂੰ ਨਾਲ ਹੀ ਲੈ ਚੱਲਦੇ। ਹਰੀ ਰੱਖ ਨੀ ਬੂਹਾ ਫੋੜਿਆ। ਓਏ, ਬੀਨ ਵਜਾ ਰਿਹਾ ਹੋਏਗਾ ਯਾਰ। ਬੀਨ ਵਜਾ ਰਿਹਾ ਕਿਹੜੀ ਬੀਨ ਵਜਾ ਰਿਹਾ?
ਅਗਰ ਬੀਨ ਵਧੀਆ ਆਵਾਜ਼ ਚ ਆਵੇ ਮੈਨੂੰ ਕੋਈ ਬੀਨ ਦੀ ਆਵਾਜ਼ ਨਹੀਂ ਪਈ ਆਉਂਦੀ ਅੰਦਰ ਜ਼ਰੂਰ ਕੋਈ ਗੜਬੜੀ ਇਹ ਗੱਲ ਹੈ ਆਹੋ ਆ ਬੁਲਾਈਆ ਕੋ ਬੁਲਾਈਆ ਨਹੀਂ ਆ ਬੁਲਾਈਆ ਬੁਆ ਸਾਹਿਬ ਮਦਾਰੀਆ ਇਹ ਤੇ ਕੋਈ ਵੀ ਨਹੀਂ ਦੋਹੇ ਕਿੱਥੇ ਗਏ ਸਾਰੀ ਪੰਜ ਦਰਿਆ
ਅਸਲ ਵਿੱਚ ਸਾਨੂੰ ਦੋ ਕਮਰੇ ਚਾਹੀਦੇ ਆ, ਤੁਸੀਂ ਪੈਸੇ ਲਓ ਤੇ ਸਾਨੂੰ ਕਮਰੇ ਦਿਓ। ਪਹਿਲਾਂ 10 ਰੁਪਏ ਜਮ੍ਹਾਂ ਕਰਵਾਓ, ਗੱਲ ਮੁੱਕੀ। ਆ ਲਓ ਜੀ, ਹੁਣ ਤਾਂ ਗੱਲ ਮੁੱਕ ਗਈ ਜੀ। ਓਏ ਹਾਲੇ ਕਿੱਥੇ ਗੱਲ ਮੁੱਕ ਗਈ, ਕੁੜੀ ਤਾਂ ਮੈਂ ਵੇਖੀ ਨਹੀਂ ਸੀ। ਇਹ ਕੌਣ ਹੈ? ਇਹ ਜੀ ਇਹਦੀ ਭਰਜਾਈ ਹੈ ਜੀ। ਗੱਲ ਮੁੱਕੀ ਨਾ, ਤੂੰ ਤੇ ਤੇਰੀ ਭਰਜਾਈ ਇੱਕੋ ਕਮਰੇ ਚ, ਤੇ ਤੂੰ ਕੱਲਾ ਸੌਂਦਾ ਦੂਜੇ ਕਮਰੇ ਚ। ਮੈਂ ਕਿਹਾ ਜੀ ਮੇਰਾ ਤਾਂ ਕੱਲੇ ਪੈਣ ਦਾ ਸਵਾਲ ਹੀ ਨੀ ਪੈਦਾ ਹੁੰਦਾ। ਅਸਲ ਵਿੱਚ ਗੱਲ ਇਹ ਹੈ ਕਿ ਇਹ ਕੁੜੀ ਇਹਦੀ ਭਰਜਾਈ ਤੇ ਲੁਗਾਈ ਹੈ। ਆ ਮਤ ਬੋਲ, ਤੁਹਾਡੀ ਜਨਾਨੀ ਹੈ? ਇਹ ਗੱਲ ਹੋ ਰਹੀ ਸਾਡੀ। ਹਾਂ ਜੀ, ਲਓ ਜੀ ਸਾਹਿਬ ਜੀ, ਹੁਣ ਤੇ ਗੱਲ ਮੁੱਕ ਗਈ ਨਾ। ਮੈਨੂੰ ਬਾਲੀ ਮੁੱਕਦੀ ਮੁੱਕਦੀ ਨੀ ਪਸੰਦ, ਨਾ ਮੈਨੂੰ ਮੁੱਕਦੀ ਮੁੱਕਦੀ ਕਹਿਣ ਦੀ ਆਦਤ ਆ, ਨਾ ਕਹਾਉਣ ਦੀ ਆਦਤ ਆ। ਓਏ ਮੁੰਡੂ, ਇਹਨਾਂ ਨੂੰ 7 ਤੇ 8 ਨੰਬਰ ਕਮਰੇ ਚ ਮਾਰ ਦੇ।
ਸ਼ਾਬਾਸ਼ ਮੁੰਦਰੀਏ, ਭੋਲੇ ਨੂੰ ਸ਼ਾਦੀ ਵਾਸਤੇ ਰਾਜ਼ੀ ਕਰਕੇ ਤੂੰ ਕਮਾਲ ਕਰ ਦਿੱਤਾ। ਪਰ ਵੇਖੀ ਕਿਧਰੇ ਸੱਚੀ ਮੁੱਚੀ ਉਹਦੇ ਨਾਲ ਪਿਆਰ ਨਾ ਪਾ ਬੈਠੀ। ਆਹੋ ਇੱਕ ਵਾਰੀ ਉਹਦਾ ਵਿਆਹ ਤੇਰੇ ਨਾਲ ਹੋ ਜਾਵੇ ਤਾਂ ਸਾਰੀ ਜਾਇਦਾਦ ਦੇ ਮਾਲਿਕ ਅਸੀਂ। ਭੋਲਾ ਆਊਟ, ਮੇਰੇ ਮੁੰਦਰੀ ਮੁੰਦਰੀ ਨਹੀਂ, ਸਾਡੇ ਘਰੇ ਦਾ ਹਾਰ ਬਣ ਜਾਏਗੀ। ਮਾਮਾ ਜੀ, ਮਾਮਾ ਜੀ ਕਹਿ ਕੇ ਸਾਡੀ ਜਵਾਨੀ ਤੇ ਪਾਣੀ ਪਾਈ ਜਾਣੀ ਹੈ। ਮਾਮਾ ਜੀ, ਤੁਹਾਨੂੰ ਇਹੋ ਜਿਹੀਆਂ ਗੱਲਾਂ ਕਰਦੇ ਸ਼ਰਮ ਨਹੀਂ ਆਉਂਦੀ? ਮੈਂ ਭੋਲੇ ਨਾਲ ਪਿਆਰ ਕੀਤਾ, ਮੈਂ ਉਹਦੀ ਹਾਂ ਤੇ ਉਹਦੀ ਰਵਾਂਗੀ। ਮਾਸੀ, ਨਹੀਂ ਨਹੀਂ ਪੁੱਤਰ, ਤੂੰ ਭੋਲੇ ਦੀ ਭੋਲੇ ਦੀ ਰਹੇਗੀ। ਜਾ ਜਾ ਕੇ ਆਰਾਮ ਕਰ, ਜਾ ਜਾ ਪੁੱਤਰ ਜਾ। ਕਿੱਥੇ ਭੇਜਤਾ ਉਹਨੂੰ, ਉਹ ਤੇਰੀ ਮਤ ਮਾਰੀ ਗਈ ਹੈ, ਇੱਕੋ ਦਿਨ ਸਾਰੀਆਂ ਪੱਟੀਆਂ ਪਰ ਆਏਗਾ। ਉਹ ਪਹਿਲੇ ਵਿਆਹ ਤੇ ਹੋ ਜਾਂਦੇ, ਫਿਰ ਵੇਖ ਲਵਾਂਗੇ। ਠੀਕ ਹੈ, ਵੇਖ ਲਾਂਗਾ ਮੈਂ। ਸ਼ਾਹ ਜੀ, ਤੁਸੀਂ ਵਿਆਹ ਨਾ ਕਰੋ। ਕਿਉਂ? ਕਿਉਂਕਿ ਮੈਂ ਇਸ ਘਰ ਦਾ ਨਮਕ ਖਾਧਾ ਤੇ ਆਪਣੀ ਅਸੀਂ ਤੁਹਾਨੂੰ ਪਾਲਕ ਵੱਡਾ ਕੀਤਾ ਤੇ ਮੈਂ ਤੁਹਾਨੂੰ ਬਰਬਾਦ ਹੋਣ ਦੀ ਲੋੜ ਸੀ। ਤੂੰ ਕੀ ਕਹਿ ਰਿਹਾ? ਮੈਂ ਠੀਕ ਕਹਿ ਰਿਹਾ ਸ਼ਾਹ ਜੀ। ਸ਼ਾਹ ਨੂੰ ਤੁਹਾਡਾ ਭਰਾ ਦੀਪਾ ਤੁਹਾਡਾ ਵਿਆਹ ਮੁੰਦਰੀ ਨਾਲ ਕਰਕੇ ਤੁਹਾਨੂੰ ਮਾਰ ਦੇਣਾ ਚਾਹੁੰਦੇ ਨੇ ਤੇ ਤੁਹਾਡੀ ਸਾਰੀ ਜਾਇਦਾਦ ਆਪ ਕਰਨਾ ਚਾਹੁੰਦੇ ਨੇ ਤੇ ਮੁੰਦਰੀ ਉਹਨਾਂ ਨਾਲ ਮਿਲੀ ਹੋਈ ਹੈ। ਮੁੰਦਰੀ ਉਹਨਾਂ ਨਾਲ ਮਿਲੀ ਹੋਈ ਹੈ? ਤੈਨੂੰ ਕੀ ਪਤਾ ਹੈ? ਮੈਂ ਆਪਣੀ ਕੰਨੀ ਸੁਣ ਕੇ ਆਇਆ। ਤੂੰ ਆਪਦੇ ਕੰਨੀ ਸੁਣਿਆ ਹੈ? ਹਾਂ ਬੋਲਿਆ। ਮੈਂ ਤੇਰਾ ਕਹਿਣਾ ਮੰਨ ਕੇ ਤੇਰੇ ਨਾਲ ਵਿਆਹ ਕਰਾਉਣ ਵਾਸਤੇ ਆ ਕੀਤੀ ਤੇ ਤੂੰ ਮੇਰੀ ਮਤਲੀ ਮਾਂ ਤੇ ਮੇਰੇ ਮਾਮੇ ਨਾਲ ਮਿਲ ਕੇ ਮੈਨੂੰ ਮਾਰ ਦੀਆਂ ਸਕੀਮਾਂ ਬਣਾਈ ਜਾਂਦੀ ਹੈ? ਨਹੀਂ ਨਹੀਂ ਬੋਲਿਆ। ਹਾਂ ਮੈਂ ਠੀਕ ਕਹਿ ਰਿਹਾ, ਮੈਂ ਵਿਆਹ ਨਹੀਂ ਕਰਾਉਣਾ। ਮੈਂ ਸ਼ਾਮ ਨੂੰ ਸਾਰੇ ਕਾਗਜ਼ਾਂ ਤਿਆਰ ਕਰ ਲਾਂਗਾ, ਪਰ ਤੂੰ ਤਿਆਰ ਰਹੀ ਹੋ ਡਰੂ। ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਕੁਝ ਨਹੀਂ ਚਾਹੀਦਾ। ਬੋਲਿਆ, ਤੂੰ ਮੇਰੇ ਪਿਆਰ ਤੇ ਵਿਸ਼ਵਾਸ ਕਰ ਨਾ ਸਕ, ਪਰ ਤੈਨੂੰ ਰੱਬ ਦਾ ਵਾਸਤਾ ਬੋਲਿਆ, ਤੂੰ ਇੱਥੋਂ ਭੱਜ ਜਾ। ਭੱਜ ਜਾ? ਪਰ ਮੈਂ ਕਿੱਥੇ ਭੱਜ ਜਾ? ਕਿਧਰੇ ਵੀ ਜਾ ਬੋਲਿਆ, ਤੂੰ ਮੇਰੇ ਰਾਕਸ਼ਸਾਂ ਤੋਂ ਦੂਰ ਚਲਾ ਜਾ, ਨਹੀਂ ਤੇ ਇਹ ਤੇਰੇ ਕੰਨ ਵਿੱਚ ਦਸਤਕ ਕਰਾ ਕੇ ਤੈਨੂੰ ਜਾਨੋਂ ਮਾਰ ਦੇਣਗੇ। ਬੋਲਿਆ, ਮੈਨੂੰ ਬਾਹਰ ਦੇਣਗੇ, ਮੈਨੂੰ ਬਾਹਰ ਦੇਣਗੇ, ਮੈਨੂੰ ਬਾਹਰ ਦੇਣਗੇ। ਮੈਨੂੰ ਹੁਣੇ ਕੁੱਟ ਬਰਦਾਸ਼ਤ ਨਹੀਂ ਹੁੰਦੀ ਮਾਂ, ਮਾਂ ਮੈਨੂੰ ਹੁਣੇ ਮਾਰ ਨੂੰ ਫਿਰਦੇ ਆ ਮਾਂ, ਮੈਂ ਤੇਰਾ ਘਰ ਛੱਡ ਕੇ ਜਾ ਰਿਹਾ ਮਾਂ। ਸ਼ਾਹ ਜੀ, ਸ਼ਾਹ ਜੀ, ਕੀ ਹੋਇਆ? ਸਾਨੂੰ ਵੇਖਦੇ ਵੇਖਦੇ ਪੋਲਾ ਬਾਰੀ ਚੋਂ ਛਾਲ ਮਾਰ ਕੇ ਭੱਜ ਗਿਆ। ਉਹ ਤੁਸੀਂ ਸੁੱਤੇ ਪਏ ਸੀ, ਹੁਣ ਜਿੰਨੇ ਮਰਜ਼ੀ ਬੰਦੇ ਦੇ ਮਗਰ ਲਾਓ, ਪੋਲਿਓ ਲੱਭ ਕੇ ਲਿਆਓ। ਇਸ ਰਾਤ ਦੇ ਛੋਟੇ ਜਿਹੇ ਕਮਰੇ 'ਚ ਇੱਕੋ ਹੀ ਮੰਜੀ, ਸੋਹਣੇ ਨੂੰ ਤੇ ਬਾਹਰ ਹੀ ਸੋਣਾ ਪਏਗਾ, ਮੈਂ ਤੇ ਇੱਥੇ ਸੋ ਜਾਵਾਂਗੀ, ਠੰਡੀ 'ਚ ਮਰ ਜਾਣਾ। ਹਾਏ, ਮਹੀਨਾ ਚੜ੍ਹਿਆ ਆਪੋ, ਬਚਣਗੇ ਉਹ ਜਿਹੜੇ ਸੌਣਗੇ ਦੋ। ਅੱਜ ਸਵਾਦ ਆਊਗਾ ਇਕੱਠੇ ਪੈਣ ਦਾ, ਇਹ ਸਰਦੀਆਂ ਲੋਕ ਪਤਾ ਨਿਕਲੇ ਕਿਵੇਂ ਪੈ ਜਾਂਦੇ ਆ।
ਵੇ ਤੂੰ ਇੱਥੇ ਸੌ ਗਿਆ, ਮੈਂ ਕਿੱਥੇ ਸੌਂਗੀ? ਓਏ ਆ ਜਾ, ਤੂੰ ਵੀ ਨਾਲ ਹੀ ਆ ਜਾ, ਤੇਰੇ ਭਾਰ ਨਾਲ ਕਿਹੜਾ ਮੰਜੀ ਟੁੱਟਣ ਲੱਗੀ? ਨਾ ਨਾ ਨਾ, ਮੈਂ ਤੇਰੇ ਨਾਲ ਨਹੀਂ ਸੌਣਾ। ਓਏ ਆ ਜਾ, ਮਗਰ ਤੇਰੀ ਨੀਂਦ ਖਰਾਬ ਕਰਦਾ। ਮੈਂ ਕਿਹਦੀ ਪਹਿਲੀ ਸੌਂਗੀ? ਓਹੋ, ਉਹ ਕੱਲੀ ਸਰਦੀ ਮਰੇਗੀ ਫਿਰ ਮੈਨੂੰ ਕਹੇਗੀ? ਮੈਂ ਕੁਛ ਨਹੀਂ ਕਵਾਂਗੀ। ਚੰਗਾ, ਪੈਂਦ ਪੈ ਜਾ। ਨਾ ਨਾ ਨਾ, ਤੂੰ ਚਾਦਰ ਲੈ ਕੇ ਬਾਹਰ ਜਾ। ਤੂੰ ਐਂ ਕਰ, ਜੇ ਮੈਂ ਖੁੰਝੇ 'ਚ ਪੈ ਜਾ ਫਿਰ ਨਹੀਂ ਠੀਕ। ਇਸ ਕਮਰੇ 'ਚ ਨਹੀਂ, ਤੂੰ ਚਾਦਰ ਲੈ ਤੇ ਬਾਹਰ ਜਾ, ਮੈਨੂੰ ਨੀਂਦਰ ਆ ਰਹੀ ਹੈ। ਚੰਗਾ, ਭਰਾ ਫਿਰ ਖੇਜ ਜਾ। ਹਾਏ ਰੱਬਾ, ਚੰਗਾ ਭਲਾ ਸੇਕ ਪਹੁੰਚਿਆ ਸੀ, ਕਿੱਥੋਂ ਪੰਗਾ ਲੈ ਕੇ ਪੈ ਗਈ? ਇਹਨੇ ਫੜ। ਮੈਂ ਕਿਹਾ ਬਾਹਰ ਤਾਂ ਬਹੁਤ ਕੜਾਕੇ ਦੀ ਸਰਦੀ ਪੈ ਰਹੀ ਹੈ, ਫਿਰ ਪਛਤਾਏਗੀ ਤੜਕੇ ਉੱਠ ਕੇ। ਵੀ ਕੀ ਸੋਚਿਆ ਸੀ, ਕੀ ਕਰ ਬੈਠੀ? ਮੈਂ ਨਹੀਂ ਪਛਤਾਵਾਂਗੀ, ਤੂੰ ਜਾ। ਜਾ ਜਾ ਵੀ। ਓ ਜਾਨਾ, ਮੈਂ ਕਿੱਥੋਂ ਪੰਗਾ ਲੈ ਕੇ ਪੈ ਗਈ ਜਲਦੀ ਬਾਅਦ। ਹਾਏ ਰੱਬਾ, ਇੱਥੇ ਤਾਂ ਕੋਈ ਦਿਖਾਈ ਨਹੀਂ ਦਿੰਦਾ, ਐਨ ਚਲੋ। ਠਹਿਰੋ ਠਹਿਰੋ, ਇੱਥੇ ਸੁੱਤਾ ਪਿਆ, ਚਲੋ ਚੱਕ ਕੇ ਲੈ ਚਲਦੀ ਹਾਂ। ਹਾਂ ਹਾਂ, ਚੁੱਕੋ ਚੁੱਕੋ। ਨਾਰਾਜ਼ ਕੀਤਾ ਹੋਣਾ। ਗੱਲ ਇਹ ਹੈ, ਜੇ ਮਾੜੀ ਮੋਟੀ ਨਾ ਨੁੱਕਰ ਹੋ ਜਾਏ ਤਾਂ ਇੰਜ ਬਾਹਰ ਆ ਕੇ ਥੋੜਾ ਹੀ ਸੌ ਜਾਈਦਾ। ਬਿਲਕੁਲ, ਓਏ ਮਨਾਣਵੀ ਤੇ ਆਪੇ ਆਈ ਆ, ਗੱਲ ਮੁੱਕੀ। ਓ ਚੱਲ ਉੱਠ, ਮੈਂ ਨੀ ਜਾਣਾ। ਓਏ ਉੱਠ, ਮੈਂ ਨੀ ਜਾਣਾ। ਓਏ ਉੱਠ, ਮੈਂ ਨੀ ਜਾਣਾ। ਓ ਮੈਂ ਕਹਿੰਦਾ ਉੱਠਦਾ ਕਿ ਨਹੀਂ ਉੱਠਦਾ ਤੂੰ? ਬਈ ਬੜਾ ਬੇਵਕੂਫ ਹੈ, ਐ ਸੁਪਰੇ ਕੱਲਿਆਂ ਬਾਹਰ ਜਾਂਦਾ, ਉਹ ਵੀ ਇੰਨੀ ਠੰਡ ਵਿੱਚ। ਬੈਠ। ਮੇਰਾ ਤਾਂ ਉਹ ਹਾਲ ਹੈ, ਅਸਮਾਨ ਤੋਂ ਡਿੱਗਿਆ ਖਜੂਰ ਨਾਲ ਅੜ ਕੇ। ਮੈਂ ਪੁੱਛਦੀ ਹਾਂ, ਤੈਨੂੰ ਲੋਕਾਂ ਨੂੰ ਤਮਾਸ਼ਾ ਵਿਖਾਉਣ ਦੀ ਕੀ ਲੋੜ ਸੀ? ਜੇ ਬਹੁਤ ਠੰਡ ਲੱਗ ਰਹੀ ਸੀ ਤਾਂ ਮੈਨੂੰ ਕਹਿਣਾ ਸੀ, ਮੈਂ ਮੰਨ ਜਾਣਾ ਸੀ ਸੋਹਣਿਆ। ਸੋਹਣਾ ਨਹੀਂ, ਮੇਰਾ ਨਾ ਭੋਲਾ ਹੈ, ਭੋਲਾ।
ਪੋਲਾ ਮੈਨੂੰ ਪਤਾ ਤੂੰ ਕਿੰਨਾ ਪੋਲਾ ਹੈ ਉੱਤੋਂ ਪੋਲਾ ਹੈ ਅੰਦਰੋਂ ਬੰਦਾ ਗੋਲਾ ਹੈ ਗੋਲਾ ਚੱਲ ਪੈ ਜਾ ਹੁਣ ਹਾਏ ਇਹ ਕੀ ਕਰ ਰਹੀ ਹੈ ਮੈਂ ਸੋ ਰਹੀ ਹਾਂ ਨਾ ਮੇਰੇ ਨਾਲ ਨਹੀਂ ਪੈਣਾ ਕਿਉਂ ਪੈਣੀ ਨਹੀਂ ਆਉਂਦੀ ਚਲੋ ਪੈਰੀ ਪੈ ਜਾਂਦੀ ਆ ਨਾ ਪੈਂਦੀ ਨਹੀਂ ਪੈਣਾ ਮੈਨੂੰ ਕਿਸੇ ਨਾਲ ਨੀਂਦ ਨਹੀਂ ਆਉਂਦੀ ਮੈਂ ਤਾਂ ਇਕੱਲਾ ਪੈਂਦਾ ਹੁੰਦਾ ਹਾਏ ਰੱਬਾ ਮੈਂ ਕੀ ਕਰਾਂ ਕਿਹਨੂੰ ਕੀ ਹੋਇਆ ਮੈਂ ਇਕੱਲਾ ਪੈਂਦਾ ਹੁੰਦਾ ਚਲੋ ਮੈਂ ਥੱਲੇ ਸੌ ਜਾਂਦੀ ਆ ਹੁਣ ਤਾਂ ਠੀਕ ਹੈ ਹਾਂ ਇਹ ਠੀਕ ਹੈ ਇਹ ਠੀਕ ਹੈ ਕੀ ਕਿਹਾ ਫੜ ਲਿਆ ਉਹਨੂੰ ਸ਼ਾਬਾਸ਼ ਹਾਂਜੀ ਕਮਰੇ 'ਚ ਬੰਦ ਵੀ ਕਰਤਾ ਉਹ ਇਸ ਤਰ੍ਹਾਂ ਬੰਦ ਹੀ ਕੀਤਾ ਖਿੜਕੀਆਂ ਬੰਦ ਕਰ ਦਿੱਤੀਆਂ ਇਹ ਨਾ ਹੋ ਕਿ ਮੈਂ ਜਾਵਾਂ ਥਕਾ ਹੋਇਆ ਹੋਵੇ ਨਹੀਂ ਜੀ ਖਿੜਕੀਆਂ ਵੀ ਬੰਦ ਕਰਤੀਆਂ ਸ਼ਾਬਾਸ਼ ਹੁਣ ਦੇਖਣਾ ਕਾਗਜ਼ਾਤ ਤੇ ਕਿਵੇਂ ਦਸਖਤ ਨਹੀਂ ਕਰਦਾ ਦੀਪਿਆ ਜੇ ਹੁਣ ਵੀ ਇਨਕਾਰ ਕਰੇ ਨਾ ਤੇ ਹੰਟਰ ਮਾਰ ਮਾਰ ਕੇ ਉਹਦੀ ਚਮੜੀ ਉਧੇੜ ਦੇ ਤੂੰ ਬੇਫਿਕਰ ਆ ਭੈਣੇ ਵੇਖ ਹੁਣ ਮੈਂ ਕਿਵੇਂ ਉਧੇੜਨਾ ਉਹਨੂੰ ਨਹੀਂ ਨਹੀਂ ਉਸ ਮਸਲ ਨੂੰ ਨਾ ਮਾਰੋ ਉਹਨੇ ਤੁਹਾਡਾ ਕੀ ਵਿਗਾੜਿਆ ਹੈ ਨਾ ਮਾਰੋ ਉਹਨੂੰ ਚੱਲ ਨਹੀਂ ਦਫਾ ਇੱਥੇ ਰੇਸ਼ਮਾ ਹੁਣ ਤਾਂ ਤੇਰੇ ਬਗੈਰ ਬਿਲਕੁਲ ਜੀ ਨਹੀਂ ਲੱਗਦਾ ਬਸ ਜੇ ਤੂੰ ਨਾ ਹੋਏ ਨਾ ਤਾਂ ਨਹੀਂ ਲੰਬੀ ਓਏ ਬੋਲਿਆ ਓਏ ਉੱਠ ਆਇਆ ਉੱਠ ਕਿਹੜੇ ਸੁਪਨੇ ਦੇਖ ਰਿਹਾ ਜਾਗ ਕੌਣੇ ਯਾਰ ਅੱਛਾ ਲੈ ਆ ਲੈ ਕਾਗਜ਼ਾਤ ਸਾਈਨ ਕਰ ਇੱਥੇ ਦਸਖਤ ਕਰ ਮੈਨੂੰ ਲੱਗਦਾ ਮੇਰੇ ਦਿਨ ਚ ਗਏ ਆ ਗਏ ਮੇਰੇ ਵੀ ਦਰਸ਼ਨ ਕਰਾਉਣ ਵਾਸਤੇ ਆਉਣ ਲੱਗ ਗਏ ਲਿਆ ਬਈ ਕਿੱਥੇ ਕਰਨੇ ਦਸ ਆ ਦੇਖ ਇਹ ਇੱਥੇ ਕਰਨੇ ਨੇ ਆ ਲੈ ਪੈਨ ਕੱਪੜੇ ਤੇਰੇ ਬੜੇ ਸੋਹਣੇ ਪਏ ਹੈ ਤੇ ਗੱਲਾਂ ਬੜੀਆਂ ਚੰਗੀਆਂ ਕਰ ਲਿਆ ਤੂੰ ਸ਼ਾਇਦ ਸੈਂਟਰ ਨੂੰ ਭੁੱਲ ਗਿਆ ਤੂੰ ਮੈਨੂੰ ਨੀ ਜਾਣਦਾ ਮੈਂ ਦੀਪਾ ਹੈ ਦੀਪਾ ਦੀਪਾ ਹੋਇਆ ਪੀਪਾ ਹੋਇਆ ਗਰੀਪਾ ਹੋਇਆ ਮੈਨੂੰ ਇਹ ਤੋਂ ਕੀ ਡਰਬਾ ਬੋਲਿਆ ਤੂੰ ਮੇਰੇ ਕੋਲ ਅਮੂ ਨਾ ਮੂੰਹ ਤੂੰ ਮੇਰੇ ਲੱਗਿਆ ਕਿ ਮੈਂ ਤੇਰੇ ਲੱਗਿਆ ਮੈਂ ਤੈਨੂੰ ਕਹਿਣਾ ਅੱਛੇ ਚੰਗੀ ਆਊਗੀ ਤੱਕ ਸੋਹਣੇ ਆ
फिर जाके रेशमा नूं मिलांगे। क्यों आप बोल दे जब पुत्रा? ओ बुढ़िया तू आज कल डंडा तक ही फिरती है? हाँ बुढ़ी क्या है? एक डंडे ना तेरा सिर मार जाएगी। मैं कुछ नहीं हाँ, मेरे प्राण दीपे ते हाथ चुकन दी तेरी हिम्मत कितना हुई? अरे इनका मैं पूछता है कि वो पीपे दी मेरे ते हाथ चुकन दी हिम्मत की में हुई? ठीक है मेरे प्राण पीपा कह रहे हैं। ओ होर मत बात हाँ। मेरे अगर जबान चलाना मैं तेरा खून भी जाऊंगी तेरी जान कर बनाऊंगी तेन कच्चा चबा रहा हूँ। कच्चा चबाएंगी? और देखिए कितने बुढ़िए पंगा ले बैठे। मेरिया हड्डियां बहुत मजबूत है, जे एक अद्धी हड्डी तेरे संग चढ़गी ना तो गूंगी हो जाएगी, बाकी देख ला तमाशा। अच्छा लगता है तेरे अंदर तो भूत बढ़ गया। भूता तेरे अंदर बढ़ गया? अच्छा नक्का नहीं है भूत है डंडे नाल है। देख बुढ़िए जे एक बार बेट ना मार देना तो तेन 100 रुपया दू। बुढ़िए डंडा खाएगी ते केला खाएगी? उसने जंतर मंत्र किथों सिखाया है? ये तेरा बुढ़ा ना मैनू भूत बन के सा गया, कहिंदा जा ते मेरी तीदे तन लो। मैनू लगदा है तेरे वर्गी वास धंधे ठीक है। बदमाश आदमी है गोली भर के, बाकी तुसी फिक्र ना करो मैं रेशमा नूं लभ के थोड़े हवाले कर दूंगा ते उस मदारी दे बच्चे नूं मैं अंदर ठोक दूंगा। मैं पहने होने देखी चीकों ते चीकों बचन गया। मैं एडा फनी सब सोचा अंदर क्यों फरक फरक के मर गया तेरे सामने। ਤੁਸੀਂ ਇੱਥੇ ਵੀ ਮੈਨੂੰ ਲੱਭ ਲਿਆ, ਮੈਨੂੰ ਤੇਰੀ ਲੋੜ ਹੀ ਸੀ। ਵਾਹ 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 ਆ ਤਾਂ ਤੂੰ ਰੰਗ ਲਾਤਾ। ਓਮ ਨਮੋ ਸ਼ਿਵਾਏ। ਵਾਹ ਵਾਹ ਚੱਲ 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 ਤੇਰਾ ਕੰਮ ਲੈਂਦੇ ਹਾਂ। ਸੱਪੇ ਹੈ ਬਹੁਤ ਸ਼ਾਨਦਾਰ। ਮੈਂ ਕਿਹੜਾ ਕਹਿੰਦਾ ਨਗਰੀ ਹੈ ਨਗਰੀ ਹੈ ਤੰਬੜੀ ਗੱਲ। ਤੂੰ ਫੜਤਾ ਸੀ ਮੈਂ ਇਹਦਾ ਜ਼ਹਿਰ ਕੱਢਾ, ਇਹਦਾ ਜ਼ਹਿਰ 2000 ਰੁਪਇਆ ਮਾਸਾ ਵਿਕਦਾ ਮੈਂ ਤਾਂ। ਬੇਵਕੂਫ ਨਾ ਹੋਣ ਤਾਂ ਮਦਾਰੀ ਨੂੰ ਸੱਪਾਂ ਤੋਂ ਡਰਾਉਂਦੇ ਆ। ਓਏ ਮਦਾਰੀ ਸੱਪ ਤੋਂ ਡਰ ਜੇ ਸਵਾਲ ਹੀ ਨਹੀਂ ਪੈਣਾ ਹੁੰਦਾ। ਮੈਂ
हाय हाय चंद्रे ने ते मेरी जान ही कट ली। मैं तो बड़ा जिला सब छड़िया सी पर पता नहीं भोले ने क्यों फड़ लिया। मैनू लगता है ऐ भोला ओ भोला नहीं। शक तो मैनू ही पैंदा है पर हुण की करिए। हुण तुसी महाराज दुध पियो। दुध तैनू किहड़े कैसी दुध लैण वास्ते। मैं क्या बंदा कुट खा के जदों चंगा चोपड़िया जांदा ना ਤਾਂ ਅੰਦਰ ਗੁੱਝੀ ਸੱਟ ਵੱਜਦੀ ਹੈ ਤੇ ਗਰਮ ਦੁੱਧ ਪੀਣ ਨਾਲ ਠੀਕ ਹੋ ਜਾਂਦਾ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਹਲਦੀ ਵੀ ਪਾਈ ਹੈ। ਇਹ ਹੁਣ ਤੁਸੀਂ ਪੀਓ ਪੀਓ। ਪਰ ਮੈਂ ਕਿਹਾ ਪੀਓ। ਲੈ ਹੁਣ ਤੁਸੀਂ ਦੁੱਧ ਦਾ ਕਮਾਲ ਦੇਖਿਓ ਤੇ ਨਾਲੇ ਉਹ ਸੱਪ ਦੇ ਜ਼ਹਿਰ ਦਾ ਪਾਇਆ ਸੀ। ਹਾਂ ਉਸੇ ਸੱਪ ਦਾ ਜ਼ਹਿਰ ਜਿਹੜਾ ਤੁਸੀਂ ਛੱਡਿਆ ਸੀ। ਓਹੋ ਘਬਰਾਉਣ ਦੀ ਲੋੜ ਨਹੀਂ, ਹੁਣ ਤੁਸੀਂ ਛੇਤੀ ਜਵਾਨ ਹੋ ਜਾਓਗੇ। ਘੰਟੇ ਕੁ ਬਾਅਦ ਤੁਹਾਡੇ ਬਾਲ ਝੜਨ ਲੱਗ ਜਾਣਗੇ ਤੇ ਫਿਰ ਤੁਹਾਡੀ ਚਮੜੀ ਲੈ ਜੂਗੀ। ਚਮੜੀ ਲੈ ਜਾਏਗੀ? ਹਾਂ ਬਿਲਕੁਲ ਸੱਪ ਦੀ ਕੰਝ ਵਰਗੀ ਤੇ ਅੰਦਰੋਂ ਨਿਕਲੇਗੀ ਲਾਲ ਤੇ ਕੂਲੀ ਕੂਲੀ ਚਮੜੀ। ਬਸ ਫਿਰ ਤੁਸੀਂ ਦੋਨੇ ਜਵਾਨ ਲੱਗ ਜਾਓਗੇ। ਹੁਣ ਤੁਸੀਂ ਜ਼ਹਿਰ ਦਾ ਅਸਰ ਹੋਇਆ ਹੀ ਲਓ। ਝੜ ਫੁਕਣ ਵਾਲੇ ਕੋਲ ਚਲੋ। ਮੈਂ ਇਸ ਜਵਾਨੀ ਚ ਮਰਨਾ ਨਹੀਂ ਚਾਹੁੰਦਾ ਫੋਕਾ। ਦੁੱਧ ਪੀ ਕੇ ਡਰੀ ਜਾਂਦੇ ਆ ਪਰ ਮੈਂ ਤਾਂ ਕੁਛ ਕੀਤਾ ਹੀ ਨਹੀਂ ਤੇ ਮਰਨ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਚਲੋ ਹਿਸਾਬ ਬਰਾਬਰ ਹੋ ਗਿਆ। ਇਹਨਾਂ ਨੇ ਮੇਰੀ ਨੀਂਦ ਖਰਾਬ ਕਰਤੀ ਤੇ ਮੈਂ ਇਹਨਾਂ ਦੇ ਗੇੜੇ ਖਵਾ ਤੇ। ਹੁਣ ਘਰੇ ਚਲੀਏ। ਵੇ ਤੂੰ ਕਿੱਥੇ ਜਾ ਰਿਹਾ? ਤੂੰ ਕੌਣ ਹੈ? ਮੁੰਦਰੀ। ਮੁੰਦਰੀ? ਕਿਹੜੀ ਮੁੰਦਰੀ? ਤੂੰ ਮੁੰਦਰੀ ਨੂੰ ਨਹੀਂ ਪਛਾਣਦਾ? ਮੈਂ ਕਿਸੇ ਮੁੰਦਰੀ ਸੁੰਦਰੀ ਨੂੰ ਪਛਾਣਦਾ? ਮੇਰੇ ਕੋਲ ਇਹੋ ਜਿਹੀ ਕਿਹੜੀ ਗਲਤੀ ਹੋ ਗਈ ਹੈ ਜਿਹੜਾ ਤੂੰ ਮੇਰੇ ਨਾਲ ਇੰਨਾ ਨਾਰਾਜ਼ ਹੈ? ਗਲਤੀ ਮੁੰਦਰੀ ਤੇ ਮੈਨੂੰ ਸਮਝ ਨਹੀਂ ਆਉਂਦੀ। ਮਾਨ ਦਾ ਮਾਨ, ਮੈਂ ਤੇਰਾ ਮਹਿਮਾਨ, ਇਹ ਮੇਰੇ ਪਿੱਛੇ ਐਵੇਂ ਪਏਗੀ? ਵੇ ਤੇਰੀ ਜ਼ਮੀਨ ਜਾਇਦਾਦ ਦਾ ਲਾਲਚ ਤੇਰੀ ਮਤਰੀ ਮਾਂ ਤੇ ਤੇਰੇ ਮਾਮੇ ਨੂੰ ਹੋਵੇਗਾ, ਮੈਨੂੰ ਨਹੀਂ। ਮੈਂ ਤਾਂ ਸਿਰਫ ਤੈਨੂੰ ਪਿਆਰ ਕੀਤਾ, ਮੈਨੂੰ ਤੇਰੇ ਸਿਵਾ ਹੋਰ ਕੁਛ ਨਹੀਂ ਚਾਹੀਦਾ। ਭੋਲਿਆ ਭੋਲਾ ਕੌਣ? ਭੋਲਾ ਮੇਰਾ ਭੋਲਾ ਨਾ, ਮੈਂ ਤੇਰਾ ਕੋਈ ਭੋਲਾ ਭਾਲਾ ਨਹੀਂ। ਮੈਂ ਦੱਸਾਂ, ਮੈਂ ਤਾਂ ਸੋਹਣਾ ਮਦਾਰੀ ਹੈ, ਸੱਪਾਂ ਨਾਲ ਖੇਡਣ ਵਾਲਾ। ਪਰ ਤੇਰੀ ਸ਼ਕਲ ਤਾਂ ਮੇਰੇ ਭੋਲੇ ਨਾਲ ਮਿਲਦੀ ਹੈ। ਭੋਲੇ ਨਾਲ ਮਿਲਦੀ ਹੈ? ਮੈਂ ਵੀ ਆਖਿਆ ਮੈਨੂੰ ਸਾਰੇ ਕਿਉਂ ਘੇਰੀ ਫਿਰਦੇ ਆ, ਪਰ ਮੈਂ ਤਾਂ ਕਿਸੇ ਨੂੰ ਪਛਾਣਦਾ ਨਹੀਂ ਗਾ। ਤੂੰ ਮੈਨੂੰ ਵੀ ਨਹੀਂ ਪਛਾਣਦਾ? ਨਾਮ? ਅੱਛਾ, ਇਸ ਫੋਟੋ ਨੂੰ ਤਾਂ ਪਛਾਣਦਾ। ਇਹਨਾਂ ਦਾ ਪਛਾਣਦਾ ਹੈ, ਇਹ ਤਾਂ ਮੇਰੀ ਮਾਂ ਦੀ ਫੋਟੋ ਹੈ। ਪਰ ਤੁਹਾਡੇ ਕੋਲ ਕਿਵੇਂ ਆ ਗਈ? ਹਾਂ ਇਹਦਾ ਮਤਲਬ ਮੇਰਾ ਸ਼ੱਕ ਠੀਕ ਨਿਕਲਿਆ। ਇਹ ਭੋਲੇ ਦੀ ਮਾਂ ਦੀ ਫੋਟੋ ਹੈ। ਇਹਦਾ ਮਤਲਬ ਹੈ ਭੋਲੇ ਦੀ ਮਾਂ ਤੇ ਮੇਰੀ ਮਾਂ, ਅਸੀਂ ਦੋਵੇਂ ਭਰਾ ਹੋਏ। ਮੇਰੀ ਮਾਂ ਵੀ ਮੇਰੇ ਪਾਰੀ ਦੱਸਦੀ ਸੀ। ਪਰ ਮੇਰਾ ਭਰਾ ਭੋਲਾ ਕਿੱਥੇ ਹੈ? ਇਹੀ ਤੇ ਮੈਂ ਤੇਰੇ ਕੋਲੋਂ ਪੁੱਛਦੀ ਹਾਂ, ਭੋਲਾ ਕਿੱਥੇ ਤੇ ਤੂੰ ਇੱਥੇ ਕਿਵੇਂ? ਉਹ ਮੈਨੂੰ ਤਾਂ ਸੁੱਤੇ ਪਏ ਨੂੰ ਚੱਕ ਕੇ ਇੱਥੇ ਲੈ ਕੇ ਗੱਦਿਆਂ ਦੇ ਪਾਤਾ ਤੇ ਮੈਂ ਆਰਾਮ ਕਰ ਰਿਹਾ ਸੀ, ਪਰ ਇਹ ਮੋਟੀ ਦੇ ਡੱਬੇ ਨੇ ਮੇਰੀ ਸਾਰੀ ਨੀਂਦ ਖਰਾਬ ਕਰਤੀ। ਕੌਣ ਦੋਵੇਂ ਇਹ? ਤੁਹਾਡੀ ਮਤਰੀ ਮਾਂ ਤੇ ਮਾਮਾ ਤੁਹਾਡੀ ਸਾਰੀ ਜਗ੍ਹਾ ਹੜੱਪ ਕਰ ਦੇਣਾ ਚਾਹੁੰਦੇ ਨੇ। ਕਾਕਾ ਪਹਿਲਾਂ ਤੇ ਭੋਲੇ ਦੀ ਜਾਨ ਨੂੰ ਖਤਰਾ ਸੀ, ਹੁਣ ਤੈਨੂੰ ਭੋਲਾ ਸਮਝ ਕੇ ਮਾਰ ਦੇਣਾ ਚਾਹੁੰਦੇ। ਉਹ ਮੈਨੂੰ ਤਾਂ ਖੈਰੋ ਕੀ ਮਾਰਨਗੇ, ਮੈਨੂੰ ਹੁਣ ਸਮਝ ਆਇਆ ਕਿ ਸਾਰਾ ਮਾਮਲਾ ਕੀ ਹੈ। ਤੁਸੀਂ ਫਿਕਰ ਨਾ ਕਰੋ, ਮੈਂ ਸਾਰਾ ਕੁਝ ਠੀਕ ਕਰ ਦੂੰਗਾ।
ਪਰ ਪਹਿਲਾਂ ਮੈਂ ਰੇਸ਼ਮਨ ਦੱਸਿਆ ਵਾਂ ਵੀ ਮੈਂ ਕਿੱਥੇ ਹਾਂ ਤੇ ਕੀ ਕਰ ਰਿਹਾ। ਤੁਸੀਂ ਆ ਫੋਟੋ ਫੜ ਲਓ। ਰੇਸ਼ਮਾ, ਓਹੋ, ਤੂੰ ਇਹ ਗੁੱਸਾ ਛੱਡ ਦੇ, ਮੇਰੀ ਗੱਲ ਸੁਣ। ਮੈਂ ਤੇਰੀ ਕੋਈ ਗੱਲ ਨਹੀਂ ਸੁਣਦਾ। ਤੇਰੇ ਖਿਆਲ 'ਚ ਮੈਂ ਤੇਰੇ ਨਾਲ ਪਿਆਰ ਨਹੀਂ ਕਰਦਾ? ਮੈਨੂੰ ਪਤਾ ਮੈਂ ਤੇਰੇ ਬਗੈਰ ਕਿਵੇਂ ਰਾਤ ਕੱਟੀ ਹੈ। ਝੂਠ, ਬਿਲਕੁਲ ਝੂਠ। ਝੂਠ ਦਾ ਤਾਂ ਸਵਾਲ ਨਹੀਂ ਪੈਦਾ ਹੁੰਦਾ। ਤੈਨੂੰ ਮੈਂ ਕਿਵੇਂ ਸਮਝਾਵਾਂ ਮੈਂ ਕਿੰਨੀ ਮੁਸੀਬਤ 'ਚ ਹੈ? ਮੈਂ ਬਹੁਤ ਜਲਦੀ 'ਚ ਹੈ ਅਤੇ ਤੈਨੂੰ ਮੈਂ ਆ ਕੇ ਸਾਰੀ ਗੱਲ ਸਮਝਾਊਂਗਾ। ਤੂੰ ਮੇਰਾ ਇੰਤਜ਼ਾਰ ਨਾ ਕਰੀ, ਮੈਂ ਤੈਨੂੰ ਬਹੁਤ ਵੱਡੀ ਖੁਸ਼ਖਬਰੀ ਦੇਣ ਵਾਲਾ ਹੈ। ਹਾਂ, ਦੇ ਤੂੰ ਇੱਥੇ ਆ ਕੇ ਬੈਠ ਗਿਆ, ਹਲੇ ਤੱਕ ਗਿਆ ਨਹੀਂ। ਅੱਛਾ ਦੱਸ, ਕੀ ਖੁਸ਼ਖਬਰੀ ਹੈ? ਕਿੱਥੇ ਜਾਣਾ ਸੀ, ਕਾਹਦੀ ਖੁਸ਼ਖਬਰੀ? ਦੇ ਹੁਣੇ ਹੁਣੇ ਤੂੰ ਮੈਨੂੰ ਬਾਹਰ ਕਹਿ ਕੇ ਆਇਆ। ਬਾਹਰ ਨਾ, ਮੈਂ ਤਾਂ ਉਹਦਾ ਇੱਥੇ ਬੈਠਾ। ਓਹੋ, ਤੂੰ ਮੈਨੂੰ ਕਿਉਂ ਤੰਗ ਕਰੀ ਜਾਂਦਾ ਸੋਹਣਿਆ? ਮੈਂ ਇੰਨੇ ਵਾਰੀ ਕਿਹਾ ਮੈਂ ਨਹੀਂ ਸੋਹਣਾ, ਫਿਰ ਮੈਨੂੰ ਸੋਹਣਾ ਸੋਹਣਾ ਕਰੀ ਜਾਂਦੇ ਆ। ਕਿਉਂ ਮੈਨੂੰ ਤੰਗ ਕਰੀ ਜਾਂਦੇ ਹੋ ਜਦੋਂ ਮੈਂ ਇੱਕ ਵਾਰੀ ਕਹਿੰਦਾ ਮੈਂ ਨਹੀਂ ਸੋਹਣਾ? ਲੱਭ ਲੱਭ ਕੇ ਥੱਕੇ ਆ, ਹਲੇ ਤੱਕ ਨਹੀਂ ਹੋ ਮਿਲੀ। ਮਾਮਾ, ਮੈਨੂੰ ਲੱਗਦਾ ਮੈਂ ਕੁਆਰੀ ਮਰ ਜਾਣੀ। ਓਏ ਮੇਰੀ ਜਵਾਨ ਧੀ, ਮੇਰੇ ਹੱਥੋਂ ਨਿਕਲ ਗਈ, ਮੈਂ ਕੁਝ ਨਹੀਂ ਕਹਿ ਰਿਹਾ। ਤੂੰ ਆਪਣੇ ਰੋਣਾ ਰੋਈ ਲਗਾ ਜਾ ਰਿਹਾ। ਸ਼ਟ ਅਪ ਮਸਾਰੀ, ਹਜ਼ਰ ਮਾਰੀ। ਹੈਲੋ, ਤੇਰੇ ਕੋਲ ਮੈਂ ਮੇਰੇ ਸੁਪਨੇ ਚੱਲ ਰਹਾ। ਪਿਆਰਾ ਪਿਆਰਾ, ਮੈਂ ਬਾਹਰ ਘੁੰਮਣ ਗਿਆ ਸੀ। ਤੈਨੂੰ ਅੰਦਰ ਕਰਨਾ ਹੈ ਗੋਲੀ ਭਰ ਕੇ? ਮੈਨੂੰ ਅੰਦਰ ਕਰਨਾ ਹੈ? ਆਹੋ। ਕੀ ਮਤਲਬ? ਮਤਲਬ ਇਹ ਹੈ ਕਿ ਕਿਸੇ ਜਵਾਨ ਕੁੜੀ ਨੂੰ ਭਜਾਉਣਾ ਤਾਂ ਜੁਰਮ ਹੈ ਹੀ, ਉਸ ਤੋਂ ਵੱਧ ਜੁਰਮ ਭਜਾ ਕੇ ਲਿਆਉਣ ਵਾਲੇ ਨੂੰ ਪਨਾਹ ਦੇਣੀ। ਉਹ ਤੂੰ ਘਰ ਬੈਠਾ ਗੋਲੀ ਭਰ ਕੇ? ਮੈਂ ਕੁਝ ਸਮਝਿਆ ਨਹੀਂ। ਮੈਂ ਸਮਝਾਉਣਾ, ਸੋਹਣਾ ਮਦਾਰੀ, ਹੁਣ ਕੰਧ ਟੱਪ ਕੇ ਤੇਰੀ ਹਵੇਲੀ ਚ ਵੜਿਆ ਗੋਲੀ ਭਰ ਕੇ, ਤੇ ਰੇਸ਼ਮਾ ਪਹਿਲੇ ਨਾਲ ਹੈ। ਓਏ, ਇੱਥੇ ਨਾ ਕੋਈ ਸੋਹਣਾ ਮਦਾਰੀ ਹੈ ਤੇ ਨਾ ਕੋਈ ਰੇਸ਼ਮਾ, ਤੁਸੀਂ ਬਾਹਰ ਜਾਓ ਇੱਥੋਂ। ਠੀਕ ਹੈ ਠੀਕ ਹੈ, ਅਸੀਂ ਬਾਹਰ ਚਲੇ ਜਾਂਦੇ ਕਿਉਂਕਿ ਸਾਡੇ ਕੋਲ ਆਰਡਰ ਨਹੀਂ, ਪਰ ਸੋਹਣੇ ਮਦਾਰੀ ਨੂੰ ਹੁਣੇ ਹੁਣੇ ਅਸੀਂ ਆਪਣੀ ਅੱਖ ਨਾਲ ਅੰਦਰ ਵੜਦੇ ਦੇਖਿਆ ਗੋਲੀ ਭਰ ਕੇ, ਤੇ ਤੂੰ ਜ਼ਰੂਰ ਅੰਦਰ ਹੋ ਜਾਏ ਗੋਲੀ ਭਰ ਕੇ। ਮੈਂ ਅੰਦਰ ਹੋਵਾਂ ਨਾ ਹੋਵਾਂ, ਤੁਸੀਂ ਬਾਹਰ ਹੋ ਜਾਓ। ਬਾਹਰ ਚੱਲੀਏ, ਚਲੋ ਬਾਹਰ। ਓਏ ਆ ਜਾਓ ਆ ਜਾਓ, ਗੋਲੀ ਚਲਾ। ਓਏ ਮਦਾਰੀ ਦੇ ਚਮੂਰੇ ਹੋ ਆ ਗਏ ਨੇ ਕਿਤੋਂ? ਆਪਣੀ ਅੱਖਾਂ ਨਾਲ ਦੇਖਿਆ ਸੋਹਣੇ ਮਦਾਰੀ ਨੂੰ ਅੰਦਰ ਵੜਦਿਆਂ? ਓਏ ਹੁਣੇ ਹੁਣੇ ਤਾਂ ਭੋਲਾ ਅੰਦਰ ਆਇਆ ਹੈ। ਸੋਹਣਾ ਮਦਾਰੀ, ਭੋਲਾ ਭੋਲਾ, ਸੋਹਣਾ ਮਦਾਰੀ, ਕੋਈ ਚੱਕਰ ਵਾਲੀ ਗੱਲ ਆਉਂਦੀ ਹੈ। ਬਾਪੂ, ਮੈਂ ਤੇਰੇ ਜਿਉਂਦਿਆਂ ਦਾ ਤੇਰੀ ਸੇਵਾ ਨਹੀਂ ਕਰ ਸਕਿਆ, ਪਰ ਮੈਨੂੰ ਅਸ਼ੀਰਵਾਦ ਦੇ ਕਿ ਮੈਂ ਤੇਰੇ ਪੁੱਤ ਤੇ ਮੇਰੇ ਭਰਾ ਭੋਲੇ ਨੂੰ ਇਹਨਾਂ ਬਦਮਾਸ਼ਾਂ ਦੇ ਕਿਲੇ 'ਚ ਬਚਾ ਸਕਾਂ। ਮੈਨੂੰ ਮਾਰਨਾ ਤਾਂ ਹਲੇ ਜੰਮਿਆ ਨਹੀਂ। ਕੀ ਗੱਲ ਹੈ ਰੇਸ਼ਮਾ, ਬਹੁਤ ਉਦਾਸ ਬੈਠੀ ਹੈ। ਜਮੂਰਿਆ, ਪਤਾ ਨਹੀਂ ਸੋਹਣੇ ਨੂੰ ਕੀ ਹੋ ਗਿਆ ਹੈ, ਕਦੇ ਮੈਨੂੰ ਆਪੇ ਬੁਲਾ ਕੇ ਗੱਲ ਕਰਦਾ ਹੈ। ਜਦੋਂ ਮੈਂ ਉਹਦੇ ਨਾਲ ਗੱਲ ਕਰਨ ਜਾਂਦੀ ਹਾਂ ਤੇ ਮੈਨੂੰ ਕਹਿੰਦਾ ਤੂੰ ਕੌਣ ਹੈ।
ਕਦ ਮੈਨੂੰ ਕਹਿੰਦਾ ਹੈ ਮੈਂ ਸੋਨਾ ਨਹੀਂ ਪਤਾ ਨਹੀਂ ਸੋਨਾ ਕਿਉਂ ਹੋ ਗਿਆ ਰਾਤੋ ਰਾਤ ਓਹੋ ਰੇਸ਼ਮਾ ਸੋਨਾ ਮਦਾਰੀ ਏ ਮਦਾਰੀ ਤੁਰਨ ਫਿਰਨ ਵਾਲਾ ਬੰਦਾ ਤੇਰੇ ਨਾਲ ਸਰਾਂ ਚ ਆ ਕੇ ਵਿਹਲਾ ਹੋ ਗਿਆ ਤੇ ਵਿਹਲਾ ਬੰਦਾ ਊਟ ਟਾਂਗ ਨਹੀਂ ਬੋਲੇਗਾ ਤਾਂ ਹੋਰ ਕੀ ਕਰੇਗਾ ਚੱਲ ਚੱਲ ਕੇ ਮਜਮਾ ਲਾਈਏ ਤੇ ਫੇਰ ਵੇਖ ਕੇ ਤਾਲੀਆਂ ਦੀ ਆਵਾਜ਼ ਸੁਣ ਕੇ ਨਾ ਕਿਸ ਤਰ੍ਹਾਂ ਜੋਸ਼ ਨਾਲ ਬੋਲਦਾ ਤਮਾਸ਼ਬੀਨੋ ਤਮਾਸ਼ਾ ਦੇਖੋ ਸ਼ੌਕ ਤੇ ਔਰ ਰੋਣਾ ਕਰ ਦਿਓ ਬੰਦ ਤਮਾਸ਼ਾ ਵੇਖ ਕੇ ਆ ਜਾਏਗਾ ਤੁਹਾਨੂੰ ਆਨੰਦ ਜਦ ਅਸੀਂ ਤੁਹਾਡੇ ਸ਼ਹਿਰ ਵਿੱਚ ਤਮਾਸ਼ਾ ਦਿਖਾਵਾਂਗੇ ਨਾ ਤੁਸੀਂ ਦੇਖਿਆ ਹੋਏਗਾ ਨਾ ਸੁਣਿਆ ਹੋਏਗਾ ਮੇਰਾ ਉਸਤਾਦ ਮਦਾਰੀ ਦੇਖਿਆ ਦੋਸਤੋ ਮੇਰਾ ਉਸਤਾਦ ਕਿੱਦਾਂ ਮਜ਼ਾਕੀ ਹੈ ਹੁਣ ਤੁਹਾਨੂੰ ਇਹ ਕਾਲਾ ਨਾਗ ਆਪਣੇ ਹੱਥ ਨਾਲ ਫੜ ਕੇ ਉਹਦੇ ਖਤਰਨਾਕ ਤਮਾਸ਼ੇ ਵਿਖਾਏਗਾ ਹਾਂ
ਅਰੇ ਵਾਹ ਅਰੇ ਵਾਹ ਇਹ ਸੱਪ ਮੈਨੂੰ ਖਾ ਜਾਣ ਗਏ ਅਰੇ ਤੂੰ ਸਪਣੀ ਹੈ ਤੂੰ ਮੇਰੇ ਸੱਪ ਚੜ੍ਹੇਗੀ ਮੈਂ ਮਰ ਜੂੰਗਾ ਪਾਸੇ ਆ ਜਾ ਅਰੇ ਮਾਂ ਮੈਂ ਕੀ ਕਰਾਂ ਉਧਰੋਂ ਮੈਨੂੰ ਮਾਰ ਨੂੰ ਫਿਰ ਦੇਣਾ ਉਧਰ ਇਹ ਮੇਰੇ ਤੋਂ ਸੱਪ ਚੜ ਕੇ ਮੈਨੂੰ ਮਾਰ ਦੇਣਗੇ ਲੰਗਰ ਉਸਤਾਦ ਜੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਹੈ ਮੈਂ ਮਾਂ ਜੀ ਨੂੰ ਬੁਲਾ ਕੇ ਲਿਆ ਨਾ ਸ਼ਾਇਦ ਉਹਨਾਂ ਦੇ ਆਉਣ ਨਾਲ ਮੇਰੀ ਤਬੀਅਤ ਠੀਕ ਹੋ ਜਾਏ ਸੋਹਣਿਆ ਮੁੰਦਰੀ ਤੂੰ ਹਾਂ ਬਾਹਰ ਤਾਲਾ ਲੱਗਿਆ ਹੋਇਆ ਹੈ ਨਾਲੇ ਗੁੰਡਿਆਂ ਦਾ ਪਹਿਰਾ ਵੀ ਹੈ ਦੀਪਾ ਤੈਨੂੰ ਮਰਵਾ ਦੇਣਾ ਚਾਹੁੰਦਾ ਹੈ ਮੈਂ ਤੈਨੂੰ ਕਿਵੇਂ ਬਚਾਵਾਂ ਦੱਸ ਮੈਂ ਕੀ ਕਰਾਂ ਬਾਹਰ ਵਾਲੀ ਸਰਾਂ ਚ ਨਾ ਮੇਰੇ ਸਾਥੀ ਠਹਿਰੇ ਹੋਏ ਹੈ ਤੂੰ ਛੇਤੀ ਦਿਨ ਜਾ ਕੇ ਉਹਨਾਂ ਨੂੰ ਖਬਰ ਕਰ ਦੇ ਚੰਗਾ ਉਸਤਾਦ ਜੀ ਇੱਧਰ ਵੇਖੋ ਕੌਣ ਆਇਆ ਕੀ ਹੋ ਗਿਆ ਮੇਰੇ ਸੋਹਣੇ ਨੂੰ ਤੂੰ ਆ ਗਈ ਮਾਂ ਤੂੰ ਸੱਚੀ ਮੱਚੀ ਆ ਗਈ ਮਾਂ ਤੂੰ ਮੈਨੂੰ ਛੱਡ ਕੇ ਕਿੱਥੇ ਚਲੀ ਗਈ ਮਾਂ ਹੁਣ ਤੁਹਾਡੀ ਮੈਨੂੰ ਛੱਡ ਕੇ ਜਾਏਗੀ ਮਾਂ ਮੈਨੂੰ ਸਾਰੇ ਬਾਹਰ ਨੂੰ ਫਿਰਦੇ ਆ ਪਰ ਕੀ ਗੱਲ ਆ ਮੈਨੂੰ ਬਚਾ ਲਾ ਮਾਂ ਤੂੰ ਕਹੂ ਕੀ ਗੱਲਾਂ ਕਰ ਰਿਹਾ ਤੈਨੂੰ ਕੀ ਹੋ ਗਿਆ ਸੋਹਣਿਆ ਮੈਂ ਸੋਹਣਾ ਨੀ ਮਾਂ ਭੋਲਾ ਜਿਹੜਾ ਬਚਪਨ ਤੇਰੇ ਕੋਲ ਪਿਛੜ ਗਿਆ ਸੀ ਮਾਂ ਤੂੰ ਪਛਾਣਿਆ ਨੀ ਮੈਨੂੰ ਮਾਂ ਤੂੰ ਮੈਨੂੰ ਪਛਾਣਿਆ ਨੀ ਮਾਂ ਤੂੰ ਮੈਨੂੰ ਪਛਾਣਿਆ ਨੀ ਮਾਂ ਮੇਰਾ ਪੁੱਤਰ ਭੋਲਾ ਤੂੰ ਮੈਨੂੰ ਪਛਾਣਿਆ ਪੁੱਤਰ ਮੇਰੇ ਨਾਲ ਮੇਰੀ ਛਾਤੀ ਨਾਲ ਮੇਰੀ ਕੁੜੀ ਕਲੇਜੇ ਤੋੜੀ ਪਾ ਦੇ ਮੇਰੀ ਆਂਦਣਾ ਤੇਰੇ ਲਈ ਹੁੰਦੀ ਆ ਰਹੀ ਹੈ ਮੇਰੇ ਪੁੱਤਰ ਜਮੂਰੀਆ ਜਮੂਰੀਆ ਇਹ ਸੋਹਣਾ ਨਹੀਂ ਹੈ ਮੇਰਾ ਪੁੱਤਰ ਭੋਲਾ ਉਹ ਛੋਟਾ ਹੁੰਦਾ ਨਾ ਤੇਰੇ ਭਾਈ ਅਜੇ ਕਿੱਥੇ ਨੇ ਉਹ ਤਾਂ ਆਪਾਂ ਨੂੰ ਛੱਡ ਕੇ ਚਲੇ ਗਏ ਮਾਂ ਜਿੰਨਾ ਹੋਣ ਦਾ ਪੂਰਾ ਵਿਸ਼ਵਾਸ ਸੀ ਅੱਜ ਵਿਸ਼ਵਾਸ ਟੁੱਟ ਗਿਆ ਰੱਬਾ ਮਾਂ ਆਇਆ ਮਰਦੇ ਦਮ ਤੱਕ ਤੈਨੂੰ ਯਾਦ ਕਰਦਾ ਰਿਹਾ ਚੁੱਪ ਕਰ ਮਾਂ ਚੁੱਪ ਕਰ ਮੇਰਾ ਪਿੱਤਰ ਸੋਹਣਾ ਪਿੱਤਰ ਸੋਹਣਾ
सोने की जान को खतरा है। बोलिया तू इथे कौन है? ये मुंदरी है मां। मुंदरी ए गल्ला करन दा वेला नहीं है, छेती चलो नहीं तो सोने ने मार देंगे। भोले ने हुंदे आ सोने ने कोई नहीं मार सकदा, हुण भोले ने मां मिल गई, भोले च मां दी शक्ति आ गई। अंदर साहब मेरी होण वाली वोटी रेशमा ना कट के लै गया, कट के दिखा। मेरा ख्याल है जी सोनू की कद फैली हुई है, मैं सोना नहीं जी, मैं जुड़वा भरा भोला। भोला जी जुड़वा भरा? आहो आहो जुड़वा भरा नाले रिश्ते हूं बच्ची नहीं बालग हो चुकी है, अपनी मर्जी नाल सोने नाल नस के आइए मामे ते ऐस पैसे भलवान को बचन ले बचन वास्ते उपाय क्यों? इस वास्ते के मामा पैसे लाले जाके एने को उन्हें बेचन जाने। ओए 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 कुड़ी नु बेचना गोली पार के ते खिचना सोने चोर मैं। तुसी ऐ करो पुलिस जी सरदार जी पहले इनू ते मामे नु अंदर देओ। मेरी गल थोड़ी सानू बचा लो जी, ਸਾਡੇ ਕੋਲ ਬੜੀ ਵੱਡੀ ਗਲਤਫਹਿਮੀ ਹੋ ਗਈ ਜੀ, ਜੇ ਅਸੀਂ ਅੰਦਰ ਹੋ ਗਏ ਨਾ ਜੀ ਬੜੀ ਵੱਡੀ ਬੇਇੱਜ਼ਤੀ ਹੋ ਜਾਏਗੀ। ਤੁਹਾਨੂੰ ਇੱਕੋ ਗੱਲ ਨਾ ਬਚਾਇਆ ਜਾ ਸਕਦਾ ਹੈ, ਜੇ ਤੁਸੀਂ ਮੇਰੇ ਭਰਾ ਸੋਨੇ ਨੂੰ ਬਚਾਓ ਜਿਹੜਾ ਕਿ ਮੇਰੇ ਮਾਮੇ ਨੇ ਹਵੇਲੀ ਵਿੱਚ ਕੈਦ ਕਰ ਰੱਖਿਆ ਹੈ। ਕੈਦ ਕਰਕੇ ਪਾਪਾ ਕਿਉਂ ਕਿਉਂ ਕਿਉਂ? ਪੈਸਾ ਪੈਸਾ ਪੈਸਾ। पैसा रब ते पैसा पीर, पैसा इश्क दी तकदीर। पैसा रब ते पैसा पीर, पैसा इश्क दी तकदीर। बिन पैसे ना रांझा कोई, बिन पैसे ना कोई हीर। पैसा सुट ते मौजा लुटे, 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 पैसा सुट ते मौजा लुटे। चढ़ावे पैसे देने, इबादत पैसे दिए, इबादत पैसे दिए, इबादत पैसे दिए। कोई मन्ने ना मन्ने, शराफत पैसे दिए, के इज्जत पैसे दिए, ते शोहरत पैसे दिए, ते शोहरत पैसे दिए, ते शोहरत पैसे दिए। ए पुखी नंगी दुनिया, शुदाई लड़ाई पैसे दिए, करोला पैसे दाए, दुहाई पैसे दिए, जमाना पैसे दाए, खुदाई पैसे दिए, खुदाई पैसे
ਟੁੱਟ 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 ਪੈਸਾ ਸੁੱਟ ਦੇ ਮੌਜਾ ਲੁੱਟ ਪੈਸਾ ਸੁੱਟ ਕੇ ਮੌਜਾ ਲੁੱਟ ਪੈਸਾ ਸੁੱਟ ਕੇ ਮੌਜਾ ਲੁੱਟ ਪੈਸੇ ਦੇ ਰੋਜ਼ੇ ਤੇ ਪੈਸੇ ਨਾਲ ਨਹੀਂਦਾ ਪੈਸੇ ਨਾਲ ਨਹੀਂਦਾ ਪੈਸੇ ਨਾਲ ਨਹੀਂਦਾ ਦੀਵਾਲੀ ਪੈਸੇ ਦੀਏ ਤੇ ਹੋਲੀ ਪੈਸੇ ਦੀਏ ਕਿਸੇ ਪੈਸੇ ਦੇਣੇ ਤੇ ਡੋਲੀ ਪੈਸੇ ਦੀਏ ਡੋਲੀ ਪੈਸੇ ਦੀਏ ਤੇ ਡੋਲੀ ਪੈਸੇ ਦੀਏ ਜੇ ਪੈਸਾ ਹੋਵੇ ਪੱਲੇ ਸਿਆਣੇ ਪਿਸਣ ਝੱਲੇ ਕਿਸੇ ਨੂੰ ਉੱਚਾ ਚੁੱਕੇ ਕਿਸੇ ਨੂੰ ਲਾਵੇ ਥੱਲੇ ਕਿਸੇ ਨੂੰ ਲਾਵੇ ਥੱਲੇ ਕਿਸੇ ਨੂੰ ਲਾਵੇ ਥੱਲੇ ਇਹ ਸਿਰ ਤੇ ਚੜ ਕੇ ਨੱਚੇ ਨਚਾਵੇ ਲੋਕਾਂ ਤਾਈ ਕਿ ਬਿਨ ਪੈਸੇ ਨਾ ਯਾਰਾ ਕਿਸੇ ਦਾ ਕੋਈ ਸਾਈ ਕਿਸੇ ਦਾ ਕੋਈ ਸਾਈ ਕਿਸੇ ਦਾ ਕੋਈ ਸਾਈ ਰੌਣਕ ਪੈਸਾ ਰੌਣਕ ਪੈਸਾ ਮੇਲਾ ਪੈਸਾ ਪੈਸਾ ਨਹੀਂ ਤੇ ਫੁੱਟ 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 ਪੈਸਾ ਸੁੱਟ ਦੇ ਮੌਜਾ ਲੁੱਟ ਪੈਸਾ ਸੁੱਟ ਦੇ ਮੌਜਾ ਲੁੱਟ ਪੈਸਾ ਸੁੱਟ ਕੇ ਮੌਜਾ ਲੁੱਟ ਪੈਸਾ ਸੁੱਟ ਕੇ ਮੌਜਾ ਲੁੱਟ ਤੇ ਸਾਰੇ ਕੀ ਦੱਸਾਓ ਰਿਸ਼ਤਾ ਕੀ ਏ ਜਿਸ ਨੂੰ ਦੁਨੀਆ ਮਾਂ ਕਹਿੰਦੀ ਏ ਜਿਸ ਨੂੰ ਦੁਨੀਆ ਮਾਂ ਕਹਿੰਦੀ ਏ ਨੈਣ ਨਾ ਮਾਣੇ ਤੇ ਕੋਹਾਂ ਤੋਂ ਖੂਨ ਪਛਾਣੇ ਤੇ ਕੋਹਾਂ ਤੋਂ ਖੂਨ ਪਛਾਣੇ ਪੁੱਤਰਾਂ ਦੇ ਲਈ ਮਾਵਾਂ ਪੀਵਣ ਸਬਰਾਂ ਵਾਲੇ ਕੁੱਟ 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 ਪੈਸਾ ਸੁੱਟ ਤੇ ਮੌਜਾ ਲੁੱਟ 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 ਵਾਹ 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 ਵਾਹ
ਕਿੰਨਾ ਸ਼ਾਨਦਾਰ ਪ੍ਰੋਗਰਾਮ ਸੀ ਕਵਾਲੀ ਦਾ। ਕਿਆ ਵਧੀਆ ਬੋਲ ਸਨ, ਕਿਆ ਸਾਜ਼ ਸੀ, ਕਿਆ ਕੁੜੀਆਂ ਦਾ ਨਾਚ ਸੀ। ਆ ਹਾ 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 ਬਈ, ਬੜਾ ਹੀ ਵਧੀਆ ਤਮਾਸ਼ਾ ਸੀ। ਹੁਣ ਮੈਂ ਤੁਹਾਨੂੰ ਦਿਖਾਵਾਂ ਤਮਾਸ਼ਾ। ਹਾਂਜੀ ਹਾਂਜੀ ਹਾਂਜੀ। ਅੱਛਾ, ਬੜੇ ਆਏ ਕਮਾਲ ਬਣ ਕੇ। ਜਾਨ ਕੀ ਹੁੰਦਾ ਹੈ ਉਹ ਤੁਹਾਨੂੰ ਹੁਣ ਦੱਸਾਂਗਾ ਮੈਂ। ਅੱਛਾ ਅੱਛਾ, ਤੇ ਮਾਤਾ ਜੀ ਵੀ ਨਾਲ ਆਏ? ਵਾਹ ਵਾਹ, ਤੁਸਾਂ ਤਾਂ ਮੇਰਾ ਹੋਰ ਵੀ ਕੰਮ ਆਸਾਨ ਕਰ ਦਿੱਤਾ। ਮਿੰਦਰਾ, ਇਹ ਫੜ ਇਸ ਬੜੇ ਨੂੰ, ਬੰਦ ਰੱਖਣ ਨਾਲ ਇਹ ਲੈ ਹੰਟਰ। ਬੋਲੇ ਦੇ ਸਾਹਮਣੇ ਉਹਦੀ ਮਾਂ ਨੂੰ ਤੇ ਉਹਦੇ ਭਰਾ ਨੂੰ ਹੰਟਰ ਮਾਰ ਮਾਰ ਕੇ ਠਾਲਾ ਦੇ। ਮਾਮਾ, ਤੂੰ ਕਿਉਂ ਸਾਡੇ ਪਿੱਛੇ ਪਿਆ? ਕਿਉਂ ਤੈਨੂੰ ਸਾਡੇ ਨਾਲ ਵੈਰ ਹੈ? ਦਸਤਾਂ ਨਾ ਕੀ ਹੈ? ਦਸਤਖਤ ਕਾਗਜ਼ਾਤ ਤੇ ਤੇਰੇ ਦਸਤਖਤ। ਬਸ ਕਮੀਨਿਆਂ ਮਾਮਿਆਂ, ਮੈਂ ਆਪਣੀ ਮਾਂ ਦੇ ਭਰਾ ਵਾਸਤੇ ਜਾਂ ਵੀ ਵਾਰ ਦੇਵਾਂ, ਤਾਂ ਕਿੱਥੇ ਕਾਗਜ਼ ਲਿਆ? ਸ਼ਾਬਾਸ਼ ਪਾਂਡਿਆ, ਇਸ ਤੋਂ ਮੈਨੂੰ ਮਿਲ ਨਹੀਂ ਸੀ। ਉਹ ਟੇਬਲ ਤੇ ਪੈਣ ਕਾਗਜ਼ਾਤ। ਆਦਰ ਚਲ ਚਲ ਸ਼ੇਟੀਕਾਰ। Thank you.
क्या पुत्रा हूं हो गया सीधा? और मेरी गल पहला मन लेंदा, तेनी मार खान की लोड़ सी? हूं कर दस्तर। हूं सुन पुत्रा, जे तू मेरी गल ना मनी, मेरे तीन गिने तक दस्तर ना किते, ता तेरी मां नू मारता जाएगा। समझ गया? एक रेशमा दा खड़ी है। आ जा, आ जा। मां मेरी मुंदरी भी खड़ी है। तू भी बुला ले अपनी मुंदरी को। तुहाडे दोहां दीआं शक्लां इन्नीआं मिलदीआं ने, किसी पछाणा नहीं कि मैं अपने अपने मदारी से निशानियां ला लेनी आ। रवो तू आज खूब रवो, सो के रवो, इसे तुसा सारी उम्र ही रोना है। आ चल मकारा पे मेरी क्यों रोगे? पुराना ना नाते दास बैठाना है। सुर मेरे सुर नाल सोनिए, मिलाई जा मिलाई जा मिलाई जा, होर मेरे नेड़े आके गल विच बावा पाके, प्यार मेरे नाल तू वधाई जा। Bye.